ਹਾਜ਼ਰ ਹੈ ਚੰਚ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮੇਰੀ ਸ਼ਾਹ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਾਂ ਸਵਰਨ ਸਿੰਘ ਟਾਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਜੀ ਨਾਲ ਨੇ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਅੱਜ ਓਕੇ ਕਿਉਂ ਓਕੇ ਕੀ ਐਵੇਂ ਨੱਟ ਭੱਜ ਕਰੀ ਜਾਂਦੇ ਕੰਮ ਸ਼ੁਰੂ ਨਹੀਂ ਕਰਦੇ ਤੇ ਹੋ ਤਾਂ ਗਿਆ ਸ਼ੁਰੂ ਟਾਣਾ ਸਾਹਿਬ ਉਸ ਤੋਂ ਪਹਿਲਾਂ ਵਾਲੀ ਗੱਲ ਕਰ ਰਿਆ ਤੁਹਾਡੇ ਲਈ ਕਰ ਰਹੇ ਸੀ ਮੈਨੂੰ ਪਤਾ ਨਾ ਹਾਂਜੀ ਮੈਂ ਸਾਰਾ ਕੁਝ ਜਾਣਦਾ ਚਲੋ ਹੁਣ ਠੰਡੇ ਹੋਵੋ ਹੁਣ ਤਾਂ ਕੰਮ ਸ਼ੁਰੂ ਹੋ ਗਿਆ ਮੇਰਾ ਤਾਂ ਕੋਈ ਕਸੂਰ ਨਹੀਂ ਚਲੋ ਹੋਰ ਸੁਣਾਓ ਠੀਕ ਆ ਮੌਸਮ ਦੀ ਹਾਲ-ਵਿਆਨੀ ਕਰਦੇ ਮੌਸਮ ਵੀ ਪੰਜਾਬ ਦਾ ਗਰਮ ਵੀ ਆ ਮੀਂਹ ਵੀ ਪਈ ਜਾਂਦਾ ਹਾਂ ਤੜਕੇ ਖਬਰ ਆਈ ਬਈ ਕਈ ਥਾਵਾਂ ਤੇ ਪੰਜਾਬ ਚ ਕੜੀਆਂ ਪਈ ਜਾਂਦੀਆਂ ਤੇ ਕਈ ਥਾਵਾਂ ਤੋਂ ਖਬਰਾਂ ਆ ਗੀਆਂ ਬਈ ਤਾਂ ਆਪਣੇ ਕਿਲੇ ਪਈ ਐ ਬਈ ਚਿਪਚਿਪਾ ਜਿਹਾ ਮੌਸਮ ਆ ਜਿਵੇਂ ਜੁਲਾਈ ਦੇ ਮਹੀਨੇ ਚ ਮੀਂਹ ਪੈ ਗਿਆ ਫੇਰ ਵੀ ਗੱਲਾਂ ਗਿੱਲੀਆਂ ਜੀਆਂ ਹੁੰਦੀਆਂ ਰਹਿਣਗੀਆਂ ਪਿੰਡਾਂ ਗਿੱਲਾ ਜਹੋ ਜਨ ਅੱਗੇ ਜਿੱਕੇ ਜਾਇਆ ਜਾ ਉਹ ਜੀ ਗੱਲ ਆ ਪਰ ਕਹਿੰਦੇ ਅਭੀ 6 ਤੇ 7 ਜੁਲਾਈ ਨੂੰ ਪੰਜਾਬ ਦੇ ਵਿੱਚ ਭਰਵਾ ਮੀਂਹ ਪੈਣ ਦੀ ਸੰਭਾਵਨਾ ਅੱਛਾ ਜੀ ਕਹਿੰਦੇ ਵੀ ਜਿਹੜੀਆਂ ਮੌਨਸੂਨ ਪਾਉਣਾ ਉਹ ਫਿਰ ਸਰਗਰਮ ਹੋ ਜਾਣੀਆਂ ਕਹਿੰਦੇ ਬਈ ਜਲ ਥਲ ਹੋ ਜਾਣਾ ਕਈ ਥਾਵਾਂ ਤੇ ਅੱਛਾ ਚਲੋ ਕੋਈ ਗੱਲ ਨਹੀਂ ਦੇਖਦੇ ਆ 6 7 ਵੀ ਤਾਂ ਆਈ ਖੜੀ ਇਹ ਕਿਹੜਾ ਬਹੁਤ ਦੂਰ ਲੱਗ ਜੂ ਪਤਾ ਵੀ ਕਿੰਨਾ ਕੁ ਜਲ ਥਲ ਹੁੰਦਾ ਤੇ ਕਿੰਨਾ ਕੁ ਨਹੀਂ ਕਿਉਂਕਿ ਪਿਛਲੀ ਵਾਰ ਤਾਂ ਮੌਸਮ ਵਿਭਾਗ ਕਹਿੰਦਾ ਸੀ ਆ ਸਾਰਾ ਹਫਤਾ ਮੀਂਹ ਹੀ ਪਈ ਜਾਣਾ ਰੁਕਣਾ ਹੀ ਨਹੀਂ ਮੀਂਹ ਹੀ ਪਈ ਜਾਣਾ ਰੁਕਣਾ ਹੀ ਨਹੀਂ ਪਰ ਹੋਇਆ ਇਦਾਂ ਦਾ ਕੁਝ ਵੀ ਨਹੀਂ ਗਰਮੀ ਇੰਨੀ ਜ਼ਿਆਦਾ ਹੈ ਵੀ ਸਮਝ ਨਹੀਂ ਆਉਂਦੀ ਬੰਦੇ ਨੂੰ ਮ ਨੇ ਕੰਮ ਕਰੋ ਮਿਹਨਤ ਕਰੋ ਸਮਝ ਵਾਲੀ ਤਾਂ ਗੱਲ ਹੀ ਨਹੀਂ ਕੋਈ ਇਹਦੇ 'ਚ ਭਾਵੇਂ ਪਹਿਲੀ ਬਹੁਤ ਗਰਮੀ ਤਾਂ ਵੀ ਮਿਹਨਤ ਕਰੋ ਨਠਕੇ ਤੇ ਭਾਵੇਂ ਪੈਂਦਾ ਕੋਰਾ ਤੇ ਤਾਂ ਵੀ ਨਠਕੇ ਕੰਮ ਕਰੋ ਸਮਝ ਤਾਂ ਆ ਜਾਂਦੀ ਹੈ ਬਾਈ ਜਦੋਂ ਪੈ ਹੋਵੇ ਨਾ ਵਿਪਤਾ ਉਦੋਂ ਸਮਝ ਆਉਂਦੀ ਆ ਕੀ ਹੋਇਆ ਹਾਂ ਨਹੀਂ ਨਹੀਂ ਹੋਇਆ ਕੀ ਹੈ ਟਾਣਾ ਸਾਹਿਬ ਐਵੇਂ ਨੁਕਸ ਜਿਹਾ ਕਢੀ ਜਾ ਕੇ ਉਧਰ ਆਇਆ ਨਹੀਂ ਹੁਣ ਦਿੱਤਾ ਇਧਰ ਆਇਆ ਹੋ ਗਿਆ ਉਧਰ ਆਇਆ ਹੋ ਗਿਆ ਏਦਾਂ ਵਿਚਾਰ ਉਧਰ ਦੇਖ ਲੋ ਉਹ ਕਮੀ ਜਾਂਦੇ ਆ ਚਲੋ ਛੱਡੋ ਟਾਣਾ ਸਾਹਿਬ ਹੁਣ ਚਾਹੀਦੇ ਵਿਚਾਰ ਦੀ ਪੇਸ਼ਕਾਰੀ ਕਰੋ ਦੇਖੋ ਚਾਚਾ ਦਾ ਵਿਚਾਰ ਇਹ ਹੈ ਕਿ ਭਾਵੇਂ ਕਿਰਨ ਹੋਵੇ ਸੂਰਜ ਦੀ ਤੇ ਭਾਵੇਂ ਹੋਵੇ ਆਪਸ ਦੀ ਹੂੰ ਭਾਵੇਂ ਕਿਰਨ ਹੋਵੇ ਸੂਰਜ ਦੀ ਤੇ ਭਾਵੇਂ ਹੋਵੇ ਆਪਦੀ ਜ਼ਿੰਦਗੀ ਦੇ ਵਿੱਚੋਂ ਹਨੇਰਾ ਚੱਕ ਦਿੰਦੀ ਹੈ ਵਾ ਵਾ ਕਿਆ ਬਾਤ ਹੈ ਕਿਰਨ ਸੂਰਜ ਦੀ ਹੋਵੇ ਤਾਂ ਵੀ ਜ਼ਿੰਦਗੀ 'ਚ ਹਨੇਰਾ ਗਿਆ ਤੇ ਜੇ ਆਸ ਦੀ ਕਿਰਨ ਹੋਵੇ ਤੇ ਫਿਰ ਵੀ ਜ਼ਿੰਦਗੀ 'ਚ ਹਨੇਰਾ ਗਿਆ ਤੇ ਜ਼ਿੰਦਗੀ ਦੇ ਵਿੱਚ ਹਨੇਰਾ ਰਹਿ ਨਹੀਂ ਰਹਿਣਾ ਚਾਹੀਦਾ ਬਿਲਕੁਲ ਜ਼ਿੰਦਗੀ ਚਾਨਣਮਈ ਹੋਣੀ ਚਾਹੀਦੀ ਆ ਬਸ ਅੰਦਰ ਕੋਪ ਹਨੇਰਾ ਨਾ ਪਸਰਿਆ ਹੋਵੇ ਹੂੰ ਬੰਦਾ ਨਾ ਕਈ ਵਾਰੀ ਆਪਦੇ ਅੰਦਰ ਕੋਪ ਹਨੇਰਾ ਹੁੰਦਾ ਤੇ ਬਾਹਰ ਚਾਨਣ ਲੱਭਦਾ ਹੂੰ ਬਾਹਰ ਵੀ ਲੱਭੋ ਅੰਦਰ ਵੀ ਦੀਵਾ ਜਗਾਓ ਜੀ ਗਿਆਨ ਦਾ ਜੀ ਪੜੋ ਹਾਂ ਪਰ ਇਹਦਾ ਮਤਲਬ ਇਹ ਨਹੀਂ ਵੀ ਪੜ ਪੜ ਕੇ ਬੁੰਦਲੇ ਜਾਓ ਹਾਂ ਉਹਨੂੰ ਸਮਝਣ ਦੀ ਕੋਸ਼ਿਸ਼ ਵੀ ਕਰੋ ਜੀ 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 ਪੜ ਪੜ ਕੇ ਨਾ ਕਈ ਬੰਦੇ ਪੜ ਪੜ ਪੁਸਤਕ ਢੇਰ ਕੁੜੇ ਨਹੀਂ ਮੇਰਾ ਵਾਧਾ ਜਾਵੇ ਹਨੇਰ ਕੁੜੇ ਇਹ ਗੱਲ ਬਣਾ ਲੈਂਦੇ ਆ ਕਿਤਾਬਾਂ ਪੜਨੀਆਂ ਬਹੁਤ ਜ਼ਰੂਰੀ ਆ ਪਰ ਉਹਨਾਂ ਨੂੰ ਪੜ ਕੇ ਜ਼ਿੰਦਗੀ ਦੇ ਵਿੱਚ ਕੁਝ ਬਦਲਾ ਲੈ ਕੇ ਆਉਣਾ ਵੀ ਜ਼ਰੂਰੀ ਆ ਬਿਲਕੁਲ ਸਹੀ ਬਸ ਇਹ ਗੱਲ ਆ ਜੀ ਬਿਲਕੁਲ ਵੈਸੇ ਵੀ ਨਾ ਕਹਿੰਦੇ ਹੁੰਦੇ ਆ ਕਿ ਕਈ ਵਾਰ ਆਪਾਂ ਠੇਰੀ ਟਾ ਜਾਂਦੇ ਆ ਹਨੇਰਾ ਵੇਖ ਕੇ ਦੁੱਖਾਂ ਦਾ ਹਨੇਰਾ ਵੇਖ ਕੇ ਵੀ ਠੇਰੀ ਟਾ ਜਾਂਦੇ ਆ ਪਰ ਹਰ ਇੱਕ ਰਾਤ ਤੋਂ ਬਾਅਦ ਦਿਨ ਜ਼ਰੂਰ ਹੁੰਦਾ ਹਰ ਇੱਕ ਹਨੇਰ ਤੋਂ ਬਾਅਦ ਸੂਰਜ ਜ਼ਰੂਰ ਚੜ੍ਹਦਾ ਹੈ ਇਸ ਸੂਰਜ ਜਿਹੜਾ ਹੈ ਉਹ ਚਾਨਣ ਜ਼ਰੂਰ ਖਿਲਾਰਦਾ ਹੈ ਸੋ ਇਸ ਲਈ ਇਸ ਅਸ ਦੇ ਨਾਲ ਹੀ ਜ਼ਿੰਦਗੀ ਨੂੰ ਜਿਉਂਦੇ ਰਹਿਣਾ ਚਾਹੀਦਾ ਬਿਲਕੁਲ ਤੇ ਹੁਣ ਮੇਰੇ ਆਲਾ ਚਾਹਦਾ ਵਿਚਾਰ ਐਬਸੋਲੂਟਲੀ ਰਾਈਟ oh my god ਐਂ ਹੁੰਦਾ ਐ ਇਦਾਂ ਹੀ ਹੁੰਦਾ ਬਿਲਕੁਲ ਸਹੀ ਗੱਲ ਹੈ ਕਿ ਅਦਾ ਟੈਣਾ ਸਾਹਿਬ ਕਹਿੰਦੇ ਸੁੱਖ ਸੁੱਖ ਚਾਹੇ ਜਿਹਦੇ ਨਾਲ ਮਰਜ਼ੀ ਤੁਸੀਂ ਵੰਡਾ ਲਓ ਹੂੰ ਸੁੱਖ ਜਿਹੜਾ ਚਾਹੇ ਜਿਹਦੇ ਨਾਲ ਮਰਜ਼ੀ ਤੁਸੀਂ ਸਾਂਝਾ ਕਰ ਲਓ ਜਿਹਨੂੰ ਮਰਜ਼ੀ ਆਪਣੇ ਸੁੱਖ ਦਾ ਭਾਗੀਦਾਰੀ ਬਣਾ ਲਓ ਪਰ ਹਿੱਸੇਦਾਰ ਹਿੱਸੇਦਾਰ ਬਣਾ ਲਓ ਮਾਫੀ ਚਾਹਨੀ ਆ ਪਰ ਦੁੱਖ ਹਮੇਸ਼ਾ ਆਪਣੇ ਨੇੜਲਿਆਂ ਨਾਲ ਭਰੋਸੇਮੰਦ ਲੋਕਾਂ ਨਾਲ ਹੀ ਵੰਡੋ ਹਾਂ ਪਰ ਬੰਦੇ ਨਾਲ ਗੱਲ ਉਹਦੇ ਨਾਲ ਕਰੇ ਜਿਹੜਾ ਆਪਦੇ ਤੱਕ ਹੀ ਰੱਖੇ ਹੂੰ ਜਿਹੜਾ ਆਖਰੀ ਸਾਹ ਤੱਕ ਕਿਸੇ ਕੋਲੇ ਗੱਲ ਨਾ ਕਰੇ ਨਹੀਂ ਤਾਂ ਹਰ ਬੰਦੇ ਦਾ ਕੋਈ ਨਾ ਕੋਈ ਅੱਗੇ ਇਹੋ ਜਿਹਾ ਮਿੱਤਰ ਹੁੰਦਾ ਜਿਹਨੂੰ ਇਹ ਗੱਲ ਕਹਿੰਦਾ ਵੀ ਮੈਂ ਤੈਨੂੰ ਇੱਕ ਗੱਲ ਦੱਸਾਂ ਪਰ ਅੱਗੇ ਨਾ ਕਰੀਂ ਆਪਾਂ ਨੂੰ ਤਾਂ ਆਦਤ ਨਹੀਂ ਅੱਗੇ ਕਰਨ ਦੀ ਇਹ ਗੱਲ ਆਪਣੀ ਚ ਹੀ ਰਹਿ ਜਾਏ ਵੀ ਤੈਨੂੰ ਡਾਕਟਰ ਨੇ ਆਖਿਆ ਸੀ ਵੀ ਗਾਂ ਦੱਸਣੀ ਇਸ ਲਈ ਬਿਲਕੁਲ ਸਹੀ ਹੈ ਫਿਰ ਉਹਦਾ ਵੀ ਗਾਂ ਇੱਕ ਦੋ ਮਿੱਤਰ ਹੁੰਦੇ ਕਹਿੰਦੇ ਗੱਲ ਤੈਨੂੰ ਦੱਸਦਾ ਕਿ ਪਤਾ ਨਹੀਂ ਪਰ ਗ ਨਾ ਦਸੀ ਆਪਣੇ ਚ ਹੀ ਰਹਿ ਜੇ ਕਿਉਂਕਿ ਆਪਣੀ ਤਾਂ ਇੱਕ ਗੱਲ ਆ ਵੀ ਐਂ ਕਰਦੇ 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 ਗੱਲ ਦਾ ਖਿਲਾਰ ਪਾਇ ਜਾਂਦਾ ਤੇ ਪਰ ਦੁੱਖ ਜ਼ਰੂਰ ਦੱਸੋ ਕਿਸੇ ਨੂੰ ਹੂੰ ਉਹ ਸਿਆਣੇ ਕਹਿੰਦੇ ਵੀ ਜੇ ਦੁੱਖ ਹੋਵੇ ਨਾ ਤਾਂ ਕੋਠੇ ਚੜ ਕੇ ਰੋਲਾ ਪਾਓ ਹੂੰ ਕੀ ਪਤਾ ਕੋਈ ਨਾ ਕੋਈ ਬਣਾਉਣ ਵਾਲਾ ਕੋਈ ਘਟਾਉਣ ਵਾਲਾ ਮਿਲ ਜੇ ਅੱਜ ਦਾ ਇਹ ਜ਼ਮਾਨਾ ਨਹੀਂ ਹੈ ਮੈਂ ਉੱਥੇ ਹੀ ਆਉਣ ਲੱਗਾ ਸੀ ਪਰ ਅੱਜ ਦਾ ਜ਼ਮਾਨਾ ਨਹੀਂ ਆ ਉਦੋਂ ਲੋਕਾਂ ਦੀ ਬਿਰਤੀ ਹੋਰ ਹੁੰਦੀ ਸੀ ਲੋਕ ਗੱਲ ਨੂੰ ਠਕਣ ਦੇ ਵਿੱਚ ਯਕੀਨ ਰੱਖਦੇ ਸੀ ਹੁਣ ਖਿਲਾਰਨ ਦੇ ਵਿੱਚ ਯਕੀਨ ਰੱਖਦੇ ਆ ਇਸ ਕਰਕੇ ਬੰਦਾ ਹੋਣਾ ਚਾਹੀਦਾ ਭਰੋਸੇਯੋਗ ਹੂੰ ਬੰਦਾ ਹੋਣਾ ਚਾਹੀਦਾ ਆਪਣੇ ਫਨ ਵਾਲਾ ਆਪਣਾ ਜਾਂ ਹੋਵੇ ਪਿਆਰਾ ਜਾਂ ਹੋਵੇ ਗੱਲ ਫੇਰ ਆ। ਉਹ ਆਦੀ ਹਾਜ਼ਰ ਹੈ। ਚੰਚੀ ਦਾ ਵੀ ਚਾ। ਲੋ ਹਰਮਨਜੀਤ ਪੰਜ ਮੰਤਰੀ ਬਣ ਗਏ ਨਵੇਂ। ਹਾਂਜੀ। ਪੰਜਾਂ 'ਚੋਂ ਚਾਰ ਬਿਲਕੁਲ ਨਵੇਂ। ਹਾਂਜੀ। ਤੇ ਇੱਕ ਮੰਤਰੀ ਸਾਹਿਬ ਪੁਰਾਣੇ। ਹੂੰ। ਪੁਰਾਣੇ ਤੋਂ ਪਾਸ ਦੂਜੀ ਵਾਰ ਵਿਧਾਇਕ ਬਣੇ। ਹਾਂਜੀ। ਪਰ ਕਹਿੰਦੇ ਵੀ ਕਈਆਂ ਨੂੰ ਇਸ ਗੱਲ ਦੇ ਉੱਤੇ ਹਰਖ ਵੀ ਆਇਆ ਤੇ ਅੰਦਰੋਂ ਅੰਦਰੀ ਮਸੂਸੇ ਵੀ ਗਏ। ਵੀ ਯਾਰ ਅਸੀਂ ਵੀ ਤਾਂ ਪੁਰਾਣੇ ਆ। ਸਾਨੂੰ ਵੀ ਤਾਂ ਦੂਜੀ ਦੂਜੀ ਵਾਰ ਮੌਕਾ ਮਿਲਿਆ ਕਹਿੰਦੇ ਕਈਆਂ ਨੇ ਤਾਂ ਦਿੱਲੀ ਤੱਕ ਵੀ ਸੋਰ ਲਗਾਇਆ ਜ਼ੋਰ ਲਾਇਆ ਪਰ ਗੱਲ ਬਣੀ ਨਹੀਂ ਨਹੀਂ ਬਣੀ ਉਹਦੇ ਪਿੱਛੇ ਘਰ ਨਹੀਂ ਪਤਾ ਲੱਗ ਰਿਹਾ ਵੀ ਜਿਹੜੀਆਂ ਜਿਹੜੀਆਂ ਸ਼ਖਸੀਤਾਂ ਨੂੰ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਸੀ ਕਹਿੰਦੇ ਵੀ ਐਨ ਮੌਕੇ ਤੱਕ ਜਿਨ੍ਹਾਂ ਦੇ ਬਾਰੇ ਫੈਸਲਾ ਲਗਭਗ ਹੋਇਆ ਜੇ ਪਿਆ ਸੀ ਹੂੰ ਐਨ ਅਖੀਰ ਦੇ ਉੱਤੇ ਉਹਨਾਂ ਦਾ ਨਾਕਤਾਰ ਦੇ ਵਿੱਚੋਂ ਨਿਕਲ ਗਿਆ ਸੂਚੀ ਦੇ ਵਿੱਚੋਂ ਨਿਕਲ ਗਿਆ وجہ ਨਹੀਂ ਪਤਾ ਲੱਗੀ ਜੀ ਬਿਲਕੁਲ ਵੈਸੇ ਵੀ ਲੋਕਾਂ ਦੇ ਵਿੱਚ ਵੀ ਇਹ ਚੀਜ਼ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜਿਹੜੇ ਦੋ ਦੋ ਵਾਰ ਜਿੱਤੇ ਨੇ ਉਹਨਾਂ ਨੂੰ ਬਹੁਤਿਆਂ ਨੂੰ ਪਿੱਛੇ ਛੱਡ ਦਿੱਤਾ ਬਹੁਤ ਸਾਰੇ ਕਾਬਲ ਲੋਕ ਵੀ ਨੇ ਬਹੁਤ ਸਾਰੇ ਇਹੋ ਜਿਹੇ ਚਿਹਰੇ ਵੀ ਨੇ ਜਿਨ੍ਹਾਂ ਨੂੰ ਲੋਕ ਚਾਹੁੰਦੇ ਨੇ ਕਿ ਇਹ ਸਾਡੇ ਮੰਤਰੀ ਹੋਣ ਇਹਨਾਂ ਨੂੰ ਆਹ ਵਾਲਾ ਮਹਿਕਮਾ ਜਿਹੜਾ ਉਹ ਮਿਲਣਾ ਚਾਹੀਦਾ ਹੈ ਨਾ ਲੋਕਾਂ ਦੇ ਵਿੱਚ ਚਰਚਾ ਹੋ ਰਹੀ ਹੈ ਪਰ ਹੈਰਾਨ ਨੇ ਲੋਕ ਕਿ ਜਿਹੜੇ ਕਾਬਲ ਲੋਕ ਉਹਨਾਂ ਨੂੰ ਲੱਗਦੇ ਨੇ ਉਹਨਾਂ ਨੂੰ ਪਾਸੇ ਕਰਕੇ ਤੇ ਜਿਹੜੇ ਕਾਬਲ ਲੋਕ ਪਾਰਟੀ ਨੂੰ ਲੱਗ ਰਹੇ ਨੇ ਵਾਰ ਜਿੱਤੇ ਨੇ ਚਾਹੇ ਉਹ ਨਵੇਂ ਆਏ ਨੇ ਪਾਰਟੀ ਚਾਹੇ ਜਿਵੇਂ ਮਰਜ਼ੀ ਐ ਸੋ ਇਹ ਚੀਜ਼ ਲੋਕਾਂ ਨੂੰ ਡਾਈਜੈਸਟ ਨਹੀਂ ਹੋ ਰਹੀ ਪੱਛਲੀ ਬਿਲਕੁਲ ਜੀ ਬਿਲਕੁਲ ਪੰਜ ਜਿਹੜੇ ਨਵੇਂ ਮੰਤਰੀ ਬਣੇ ਆ ਅਮਨ अरोड़ा ਜਿਹੜੇ ਕਿਸ ਨਾਮ ਤੋਂ ਦੂਜੀ ਵਾਰ ਵਿਧਾਇਕ ਬਣੇ ਆ ਚੇਤਨ ਸਿੰਘ ਜੋੜਾ ਮਾਜਰਾ ਸਰਦਾਰ ਫੌਜਾ ਸਿੰਘ ਸਰਾਰੀ ਜੀ ਡਾਕਟਰ ਇੰਦਰਬੀਰ ਸਿੰਘ ਨੇਜਰ ਤੇ ਅਨਮੋਲ ਗਗਨਮਾਰ ਹਾਂਜੀ ਇਹਨਾਂ ਪੰਜਾਂ ਜਿਹੜਿਆਂ ਨੂੰ ਮੌਕਾ ਮਿਲਿਆ ਹੁਣ ਇਹਨਾਂ ਨੂੰ ਮਹਿਕਬੇ ਕਿਹੜੇ ਕਿਹੜੇ ਮਿਲਣਗੇ ਇਹ ਅਗਲੇ ਕੁਝ ਘੰਟਿਆਂ 'ਚ ਪਤਾ ਲੱਗ ਜੇ ਇਹ ਇੱਕ ਅੱਧੇ ਦਿਨ 'ਚ ਪਤਾ ਲੱਗ ਜੇ ਇਹ ਸਮਾਂ ਦੱਸੂਗਾ ਪਰ ਪੰਜਾਂ ਨੇ ਚੱਕ ਲਈ ਸੋ ਉਹ ਲੋਕਾਂ ਦੀ ਸੇਵਾ ਕਰਨ। ਜੀ ਬਿਲਕੁਲ ਕਰਨੀ ਵੀ ਚਾਹੀਦੀ ਹੈ ਕਿਉਂਕਿ ਲੋਕਾਂ ਨੇ ਤੁਹਾਨੂੰ ਸੇਵਾ ਕਰਨ ਦੇ ਲਈ ਹੀ ਇੱਥੇ ਤੱਕ ਪਹੁੰਚਾਇਆ ਚਾਹੇ ਉਹ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ ਕੋਈ ਵੀ ਆਗੂ ਹੋਵੇ ਕੋਈ ਵੀ ਮੰਤਰੀ ਹੋਵੇ ਵਿਧਾਇਕ ਹੋਵੇ ਸੰਸਦ ਮੈਂਬਰ ਹੋਵੇ ਕੋਈ ਵੀ ਹੋਵੇ ਲੋਕਾਂ ਨੇ ਤੁਹਾਨੂੰ ਸੇਵਾ ਕਰਨ ਦੇ ਲਈ ਹੀ ਮੌਕਾ ਦਿੱਤਾ ਤੇ ਅੱਗੇ ਤੱਕ ਪਹੁੰਚਾਇਆ ਹੈ ਤੇ ਤੁਹਾਡਾ ਤਾਂ ਇਹ ਧਰਮ ਹੈ ਕਿ ਤੁਸੀਂ ਲੋਕਾਂ ਦੀ ਸੇਵਾ ਕਰੋ। ਮੈਨੂੰ ਨਿੱਜੀ ਤੌਰ ਦੇ ਉੱਤੇ ਚਾਰ ਜਣਿਆਂ ਨੂੰ ਮੌਕਾ ਜ਼ਰੂਰ ਮਿਲ ਸਕਦਾ ਮੰਤਰੀ ਮੰਡਲ 'ਚ। ਉਹਦੇ ਵਿੱਚ ਇੱਕ ਤਾਂ ਬੀਬੀ ਸਰਬਜੀਤ ਕੌਰ ਮਾਨੂਕੇ ਹਾਂਜੀ ਪ੍ਰੋਫੈਸਰ ਬਲਜਿੰਦਰ ਕੌਰ ਹਮ ਪ੍ਰਿੰਸੀਪਲ ਬੁੱਧਰਾਮ ਤੇ ਮਨਜੀਤ ਸਿੰਘ ਬਲਾਸਪੁਰੀ ਜੀ ਮੈਨੂੰ ਲੱਗਦਾ ਸੀ ਵੀ ਇਹਨਾਂ ਚਾਰਾਂ ਨੂੰ ਮੌਕਾ ਮਿਲੂਗਾ ਜਾਂ ਚਾਰਾਂ ਵਿੱਚੋਂ ਦੋਵਾਂ ਨੂੰ ਮੌਕਾ ਮਿਲੂਗਾ ਪਰ ਮੈਨੂੰ ਲੱਗਦਾ ਸੀ ਵੀ ਬੀਬੀ ਮਾਨੂਕੇ ਤੇ ਬਲਜਿੰਦਰ ਕੌਰ ਨੂੰ ਤਾਂ ਮੌਕਾ ਮਿਲੂਗਾ ਹੀ ਮਿਲੂਗਾ ਕਿਉਂਕਿ ਇਹ ਸਾਰੇ ਜਾਣੇ ਦੂਜੀ ਦੂਜੀ ਵਾਰ ਜਿੱਤੇ ਹੋਏ ਆ ਪਰ ਪਤਾ ਹੀ ਨਹੀਂ ਕਿਉਂ ਇਹਨਾਂ ਮੌਕੇ ਦੇ ਉੱਤੇ ਗੱਲ ਬਣੀ ਨਹੀਂ ਕਿ ਬੀਬੀ ਮਾਨੂਕੇ ਤਾਂ ਇਹ ਸੌਂਚ ਚੁੱਕ ਸਮਾਗਮ 'ਚ ਆਏ ਨਹੀਂਗੇ ਬੀਬੀ ਬਲਜਿੰਦਰ ਕੌਰ ਨੇ ਗੱਲ ਕਹੀ ਹੈ ਜੀ ਜੋ ਪਾਰਟੀ ਨੇ ਫੈਸਲਾ ਕੀਤਾ ਸਿਰ ਮੱਥੇ ਆ ਹ ਪਰਵਾਹ ਨਾ ਅਸੀਂ ਕੋਈ ਅਹੁਦਿਆਂ ਦੇ ਵਾਸਤੇ ਅਸੀਂ ਕੋ ਰਤਬਿਆਂ ਦੇ ਵਾਸਤੇ ਲੜਾਈ ਨਹੀਂ ਲੜਦੇ ਪਰ ਅੰਦਰੋਂ ਤਾਂ ਮਹਿਸੂਸਿਆ ਹੁੰਦਾ ਹੀ ਆ ਹੁੰਦਾ ਹੀ ਹੈ ਭਾਵੇਂ ਕੋਈ ਬੰਦਾ ਮੰਨੇ ਜਾਂ ਨਾ ਮੰਨੇ ਕਈ ਵਾਰ ਪਾਰਟੀ ਦੇ ਨਿਯਮ ਤੇ ਸ਼ਰਤਾਂ ਸੌ ਤਰਾਣੀਆਂ ਗੱਲਾਂ ਬਾਤਾਂ ਕਹਿਣੀਆਂ ਪਰ ਬੰਦੇ ਦੇ ਚਿੱਤ ਤਾਂ ਕਰਦਾ ਨਾ ਵੀ ਯਾਰ ਜੇਕਰ ਨਵੇਂ ਨੂੰ ਮੌਕਾ ਮਿਲ ਜਾਂਦਾ ਤਾਂ ਫਿਰ ਮੇਰੇ 'ਚ ਕਿਉਂ ਸੂਰ ਕੀ ਆ ਜੀ ਔਰ ਜਿਵੇਂ ਟੈਣਾ ਸਾਹਿਬ ਮੈਂ ਪਹਿਲਾਂ ਕਹ ਰਹੀ ਸੀ ਕਿ ਲੋਕ ਬਹੁਤ ਸਾਰੇ ਕਾਬਲ ਲੋਕਾਂ ਦੇ ਨਾਂ ਲੈ ਰਹੇ ਨੇ ਉਹਦੇ ਵਿੱਚ ਆਏ ਆਪਾਂ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਦੀ ਗੱਲ ਕਰ ਰਹੇ ਹਣਾ ਚਾਹੇ ਉਹ ਆਪਾਂ ਜੀ ਕੁਮਰ ਵਿਜੇ ਪ੍ਰਤਾਪ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਗ ਆਪਾਂ ਲਾਭ ਸਿੰਘ ਉਗੋ ਕੀ ਹੋਰਾਂ ਦੀ ਗੱਲ ਕਰ ਲਈ ਕਿਉਂਕਿ ਇਹਨਾਂ ਨੇ ਸਿਆਸਤ ਦੇ ਖੁੰਡਾਂ ਨੂੰ ਹਰਾਇਆ ਇਹ ਸਭ ਤੋਂ ਵੱਡੀ ਚੀਜ਼ ਆ ਹਨਾ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਵੇਖੋ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਹਰਾਇਆ ਫਿਰ ਬੀਬੀ ਜੀਵਨਜੋਤ ਕੌਰ ਹੋਰਾਂ ਨੇ ਦੇਖੋ ਮਜੀਠੀਆ ਸਾਹਿਬ ਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹਰਾਇਆ ਸੋ ਉਸ ਲਿਹਾਜ਼ ਦੇ ਨਾਲ ਉਧਰ ਲਾਭ ਸਿੰਘ ਹੋਰਾਂ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਹਰਾਇਆ ਹਨਾ ਲੋਕ ਇਹ ਕਹਿ ਰਹੇ ਨੇ ਕਿ ਉਸ ਲਿਹਾਜ਼ ਦੇ ਨਾਲ ਜਿਨ੍ਹਾਂ ਨੇ ਸਿਆਸਤ ਦੇ ਖੁੰਡਾਂ ਨੂੰ ਹਰਾ ਦਿੱਤਾ ਉਹਨਾਂ ਨੂੰ ਵੀ ਮੌਕਾ ਜ਼ਰੂਰ ਮਿਲਣਾ ਚਾਹੀਦਾ ਸੀ ਬਿਲਕੁਲ ਸਹੀ ਗੱਲ ਹੈ ਪਰ ਹਾਲੇ ਵੀ ਤਿੰਨ ਮੰਤਰੀਆਂ ਦੀ ਸਕਦੇ ਭਾਵੇਂ ਬਣਾ ਲੋ ਘੰਟੇ ਨੂੰ ਜੀ ਤੇ ਭਾਵੇਂ ਬਣਾ ਲੋ 6 ਮਹੀਨਿਆਂ ਨੂੰ ਠੀਕ ਆ ਉਹ ਤਿੰਨ ਕੌਣ ਹੋਣਗੇ ਇਹ ਹੁਣ ਮਹਾਰਾਜ ਜਾਣਦਾ ਇੱਕ ਦੋ ਬਣਾਏ ਜਾਣਗੇ ਇਹ ਵੀ ਸੱਚੇ ਪਾਤਸ਼ਾਹ ਜਾਣਦਾ ਚਲੋ ਜਿਹੜੇ ਵੀ ਮੰਤਰੀ ਬਣੇ ਨੇ ਉਹ ਆਪਣਾ ਕੰਮ ਤਾਂ ਦੇਹੀ ਦੇ ਨਾਲ ਕਰਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਤਾਂ ਜੋ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਜਿਹੜੀ ਸੋਚ ਹੈ ਮੰਤਰੀਆਂ ਸੰਤਰੀਆਂ ਨੂੰ ਲੈ ਕੇ ਜਾਂ ਸਿਆਸੀ ਬੰਦਿਆਂ ਨੂੰ ਲੈ ਕੇ ਉਹ ਬਦਲ ਬਦਲੇ ਹੈਨਾ ਲੋਕਾਂ ਦੀ ਸੋਚ ਦੇ ਵਿੱਚ ਵੀ ਬਦਲਾਵੇ ਕਿ ਨਹੀਂ ਵਾਕਈ ਕੰਮ ਕਰਦੇ ਨੇ ਮੰਤਰੀਆਂ ਵਾਲੀ ਗੱਲ ਤਾਂ ਮੈਨੂੰ ਗੱਲ ਚੇਤੇ ਆ ਗਈ ਕਹਿੰਦੇ ਵੀ ਇੱਕ ਥਾਂ ਦੇ ਉੱਤੇ ਨਾ ਇੱਕ ਮੰਤਰੀ ਨੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਉਲੀਕ ਲਿਆ ਹਾਂਜੀ ਲੋ ਜੀ ਲੋਕ ਆਏ ਬਹੁਤ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਮਸਲੇ ਦੱਸ ਰਹੇ ਆ ਮੰਤਰੀ ਇੱਕ ਬੰਦੇ ਨੂੰ ਕਹਿੰਦਾ ਜਿਹੜਾ ਥੱਲੇ ਬੈਠਾ ਸੀ ਕਹਿੰਦਾ ਹਾਂ ਵੀ ਆਪਾਂ ਕੌਣ ਉਹ ਅਰੇ ਜੀ ਮੇਰਾ ਨਾਮ ਹੈਗਾ ਫਲਾਣਾ ਕਹਿੰਦਾ ਵੀ ਆਪਣੇ ਕਿੰਨੇ ਬੱਚੇ ਆ ਕਹਿੰਦਾ ਜੀ ਆਪਣੇ 4 ਮੁੰਡੇ ਆ ਕਹਿੰਦਾ ਵੀ ਕਿਹ ਕੀ ਕੰਮ ਕਰਦੇ ਆ ਕਹਿੰਦਾ ਦੇਖੋ ਵੱਡੇ ਮੁੰਡੇ ਨੇ ਕੀਤੀ ਬੀ ਟੈਕ ਉਸ ਤੋਂ ਛੋਟੇ ਨੇ ਕੀਤੀ ਐਮ ਟੈਕ ਵਾਹ ਇੱਕ ਨੇ ਕੀਤੀ ਐਮਬੀਬੀਐਸ ਤੇ ਚੌਥਾ ਜਿਹੜਾ ਸਭ ਤੋਂ ਛੋਟਾ ਚੋਰ ਆ ਹੈ ਮੰਤਰੀ ਕਨੈਸ਼ ਸ਼ਰਮਾ ਕਰ ਮਾੜਾ ਮੋਟਾ ਹਾਂ ਬੜੇ ਮਾਣ ਨਾਲ ਦੱਸਦਾ ਚੋਰ ਆ ਵੀ ਉਹਨੂੰ ਸੁਧਾਰ ਉਹਨੂੰ ਘਰੋਂ ਕੱਢ ਦੋ ਮਾਰ ਕੇ ਥਪੜੇ ਉਹਦੇ ਵੀ ਉਹਨੇ ਕਿਵੇਂ ਗੰਦ ਪਾਇਆ ਕਹਿੰਦਾ ਜਨਾਬ ਤੁਹਾਡੀ ਕਿਰਪਾ ਦੇ ਨਾਲ ਸਿਰਫ ਉਹੀ ਕਮਾਉਂਦਾ ਬਾਕੀ ਤਾਂ ਸਾਰੇ ਤੁਸੀਂ ਬੇਰੋਜ਼ਗਾਰ ਕਰਕੇ ਰੱਖੇ ਆ ਉਕੇ ਨਾ ਤੁਸੀਂ ਐਮ ਟੈਕ ਵਾਲੇ ਨੂੰ ਨੌਕਰੀ ਦਿੱਤੀ ਨਾ ਬੀ ਟੈਕ ਵਾਲੇ ਨੂੰ ਕਦੇ ਦਿੱਤੀ ਨਾ ਐਮ ਬੀਬੀਐਸ ਵਾਲੇ ਨੂੰ ਨੌਕਰੀ ਮਿਲਣ ਦੀ ਸੰਭਾਵਨਾ ਜੇ ਉਹਨੂੰ ਵੀ ਘਰੋਂ ਪਰਤਾ ਰੋਟੀ ਪਾਣੀ ਕਿਵੇਂ ਚੱਲੂਗਾ ਇਹ ਸਾਡੀ ਸਿਆਸਤ ਦੇ ਉੱਤੇ ਸਾਡੇ ਸਿਆਸਤਦਾਨਾਂ ਦੇ ਉੱਤੇ ਬਹੁਤ ਵੱਡਾ ਸਵਾਲ ਆ ਬਿਲਕੁਲ ਸਹੀ ਆ ਵੀ ਹਾਜ਼ਰ ਹੈ ਜੰਝਦਾ ਵੀ ਚਾ ਗੱਡੀ ਖੜੀ ਹੋਵੇ ਘਰੇ ਵੀਰ ਜੀ ਪਏ ਹੁਣ ਸੁੱਤੇ ਹੂੰ ਤੇ ਤੁਹਾਡੇ ਉਹ ਆਪੇ ਮੋਬਾਈਲ ਦੇ ਉੱਤੇ ਸੁਣੀ ਹਾਂ ਕਿ ਭਾਈ 90 ਰੁਪਏ ਢੀ ਹੋ ਗਏ ਤੇ ਫਿਰ ਦਿਲ ਦੇ ਉੱਤੇ ਕੀ ਬੀਤੋਗੀ ਢੀ ਹੋ ਗਏ ਲੱਗੀ ਮਤਲਬ ਉਹ ਕੱਟੇ ਗਏ ਢੀ ਹੋ ਗਏ ਉਹ ਹਾਂ ਨਹੀਂ ਪਹਿਲੀ ਗੱਲ ਤਾਂ ਇਹ ਕਿ ਵੀਰ ਜੀ ਹੋਰੀ ਕਿਉਂ ਸੁੱਤੇ ਹੋਣ ਹਾਂ ਅਜਾ ਵੀਰ ਜੀ ਹੋਰੀ ਵੀ ਜਾਗਦੇ ਹੋਣ ਤੇ ਫਿਰ ਢੀ ਨਹੀਂ ਹੁੰਦੇ ਓਹੋ ਜਿਹੜਾ ਮਾਮਲਾ ਇੰਨਾ ਜ਼ਿਆਦਾ ਉਹ ਹੋ ਗਿਆ ਵੀ ਢੀ ਹੋਣ ਲੱਗੇ ਪੈਸੇ ਤੇ ਵੀਰ ਜੀ ਨੂੰ ਦੱਸਣਾ ਨਹੀਂ ਚਾਹੀਦਾ ਤੇ ਭਾਰਤ ਦੇ ਵਿੱਚ ਪੈਸੇ ਢੀ ਹੁੰਦੇ ਆ ਗੱਲ ਤਾਂ ਇਹ ਵੀ ਜਿਹੜੇ ਵਧੀ ਜਾਂਦੇ ਉਹ ਐਵੇਂ ਵਧੀ ਜਾਂਦੇ ਆ ਜੈਨਾ ਸਾਹਿਬ ਮੇਰਨਾ ਵੀ ਠੱਗੀ ਹੋ ਗਈ ਸੱਚ ਕਿਵੇਂ ਮੈਂ ਇੱਕ ਟਾਬੇਵਲ ਨੂੰ ਗਈ ਅੱਛਾ ਹੈਨਾ ਸਫਰ ਕਰ ਰਹੀ ਸੀ ਰਸਤੇ ਦੇ ਵਿੱਚ ਤੇ ਉੱਥੇ ਮੈਂ ਆਪਣੇ ਕਾਰਡ ਨਾਲ ਹੀ ਪੈਸੇ ਦਿੱਤੇ ਅੱਛਾ ਉਹ ਸੀਗੇ ਕੋਈ 750 ਰੁਪਿਆ ਅੱਛਾ ਉਹ ਪਹਿਲੀ ਵਾਰ ਚ ਕਾਰਡ ਨੇ ਡਿਕਲਾਈਨ ਕਰਤਾ ਦੂਜੀ ਵਾਰ ਫੇਰ ਉਹਨੇ ਲਗਾਇਆ ਉਹ ਫੇਰ ਡਿਕਲਾਈਨ ਹੋ ਗਿਆ ਹੈਨਾ ਯਾਨੀ ਕਿ ਨਾ 1500 ਰੁਪਿਆ ਹੋ ਗਿਆ ਤੀਜੀ ਵਾਰ ਉਹਨੇ ਲਗਾਇਆ ਦੂਜੀ ਮਸ਼ੀਨ ਦੇ ਵਿੱਚ ਤਾਂ ਪੈਸੇ ਕੱਟੇ ਗਏ ਕੱਟੇ ਗਏ ਪਰ ਜਦੋਂ ਉਸ ਜਗ੍ਹਾ ਤੋਂ ਮੈਂ 2 ਘੰਟੇ ਅੱਗੇ ਆ ਗਈ ਤਾਂ ਮੈਨੂੰ ਪਿਛਲੇ ਦੋ ਵਾਰ ਕਟਿਆੰਦਾ ਵੀ ਸਨੇਹਾ ਆ ਗਿਆ 1500 ਪਹਿਲਾਂ ਗਿਆ ਹਾਂਜੀ 750 ਫੇਰ ਗਿਆ ਮਤਲਬ ਤੁਹਾਡਾ 2500 ਰੁਪਈਆ ਗਿਆ ਹਾਂਜੀ ਤੇ ਫਿਰ ਤੁਸੀਂ ਦੁਬਾਰਾ ਮੁੜ ਕੇ ਨਹੀਂ ਆਏ ਨਹੀਂ ਮੈਂ ਹੁਣ 2 ਘੰਟਾ ਅੱਗੇ ਆ ਗਈ ਸੀ ਤਾਂ ਉਹਨਾਂ ਦਾ ਤੇਲ ਤਾਂ ਫੇਰ ਲੱਗਦਾ ਨਾ ਸੀ ਜਿੰਨੇ ਪੈਸੇ ਵਾਪਸ ਕਰਨਾ ਸੀ ਉਹਨੂੰ ਕਿੱਦਾਂ ਫੋਨ ਕਰ ਲੈਂਦੀ ਟੈਣਾ ਸਾਹਿਬ ਫਿਰ ਗੱਲ ਖਤਮ ਹੋ ਗਈ ਨਾ ਫਿਰ ਮੈਂ ਬੈਂਕ ਗਈ ਬੈਂਕ ਵਾਲਿਆਂ ਨੂੰ ਪੁੱਛਿਆ ਕਿ ਤੇ ਜੇ ਤਾਂ ਅਗਲੇ ਦਿਨ ਖਾਤੇ 'ਚ ਪਹੁੰਚ ਗਏ ਫੇਰ ਤਾਂ ਨਹੀਂ ਜੇ ਮੁੜਦੇ ਤੇ ਮੁੜ ਕੇ ਕਿ ਨਹੀਂ ਹਾਲੇ ਤੱਕ ਉਹ ਕਹਿੰਦੇ 72 ਘੰਟੇ ਉਡੀਕ ਕਰੋ ਹਰ ਤੁਸੀਂ 72 ਘੰਟੇ ਕਰੋ ਇਹ ਤਾਂ ਹੋਵੇ ਜਿਹ ਮੈਂ ਬੜੀ ਪਰੇਸ਼ਾਨ ਹਾਂ ਸੱਚੀ ਵੀ ਇੱਕ ਪਾਸੇ ਕਹਿੰਦੇ ਕੈਸ਼ਲੈਸੰਡੀਆ ਕਾਰਡ ਵਰਤੋ ਕੈਸ਼ ਨਾਲ ਜਾਓ ਤੁਹਾਨੂੰ ਕੈਸ਼ਲੈਸ ਕਰ ਹੀ ਦਿੱਤਾ ਤੁਹਾਡਾ 250 ਗਿਆ ਇਹ ਤੁਹਾਡੇ ਕੋਲੇ ਕੈਸ਼ ਰੱਖਿਆ ਭਈ ਹਮੈ ਨਹੀਂ ਆਉਂਦੀ ਹੱਸਾ ਕੇ ਰੋਵਾਂ ਅਟਿਆ ਕੈਸ਼ ਨਹੀਂ ਛੱਡਿਆ ਬੱਸ ਫਿਰ ਧੰਨਵਾਦ ਕਰੋ ਸਰਕਾਰ ਦਾ ਆਏ ਹਾਏ ਪਰ ਮੇਰੇ ਪੈਸੇ ਤੁਸੀਂ ਮੈਨੂੰ ਦੱਸੋ ਵੀ ਇੰਨਾ ਜੇਰਾ ਕਿਵੇਂ ਕੱਢ ਲਿਆ ਵੀ 750 ਰੁਪਏ ਦਾ ਕੁਝ ਖਾ ਲੋਂ ਟਾਪ ਦੇਈਏ ਇਹਦਾ ਵੀ ਮਤਲਬ ਅਟਿਆ ਦਾ ਦੁੱਖ ਹੀ ਨਹੀਂ ਖਰਚ ਦੇ ਕਿਵੇਂ ਝੂਠੇ ਇੱਕ ਪਰੌਂਠੇ ਨੂੰ 9 ਥਾਵਾਂ ਤੇ ਕਰਕੇ ਖਾਣ ਵਾਲੇ ਸੱਚ ਸੱਚ ਦੱਸ ਏਦਾਂ ਕਦੀ ਹੋਇਆ ਨਹੀਂ ਹੋਇਆ ਤਾਂ ਨਹੀਂ ਵੇਹ ਮੈਂ ਤਾਂ ਗੱਲ ਕੀਤੀ ਆ ਹਾਂ ਤੇ ਤੁਸੀਂ ਤਾਂ ਮੈਨੂੰ ਐਵੇਂ ਵਿਲਨ ਬਣਾ ਦਿੰਨੇ ਹੋ ਉਹਨੇ ਨਹੀਂ ਹਾਸਾ ਠੱਠਾ ਹੁੰਦਾ ਤਨਖਾਹ ਨਹੀਂ ਲੈਣੀ ਹਾਂਜੀ ਹਾਂਜੀ ਹੁਣ ਦੱਸੋ ਉਹਦਾ ਸਪਸ਼ਟਿਕਰਨ ਵੀ ਦਿਓ ਬਹੁਤ ਖੁੱਲ ਦਲੇ ਆ ਸਾਡੇ ਸਾਰੇ ਹੀ ਬੰਦੇ ਬੜੇ ਚੰਗੇ ਆ ਵੀ ਜਿਹਨੂੰ ਵੀ ਮੌਕਾ ਮਿਲ ਜੇ ਉਹ ਬਿੱਲ ਦੇ ਦਿੰਦਾ ਠੀਕ ਹੈ ਮੈਂ ਬਿਲਕੁਲ ਸਹੀ ਕਹਿ ਬਹੁਤੀ ਵਾਰ ਬਿੱਲ ਮੈਂ ਹੀ ਦਿੰਦਾ ਚਲੋ ਗੱਲ ਹੋਇਆ ਕਿ ਇਧਰੋਂ ਹੈ ਹੀ ਸਾਰੇ ਪਰਿਵਾਰ ਦੇ ਜੀ ਆ ਸੀ ਜੀ ਫੇਰ ਕੀ ਫਰਕ ਪੈਂਦਾ ਕੋਈ ਗੱਲ ਨਹੀਂ ਰਣਾ ਸਭ ਕਮਾਈ ਦੇ ਕਾਦ ਲਈ ਆ ਗੱਲ ਇਹ ਆ ਵੀ ਪੈਸੇ ਟੀ ਹੋਣ ਦੀ ਗੱਲ ਕਰ ਰਹੀ ਸੀ ਆਪਾਂ ਬੈ ਤਾਂ ਦੁਖੜਾ ਸੁਣਾਤਾ ਮੇਰੇ ਟੀ ਹੋ ਗਏ ਸਾਡੇ 22 ਜੀ ਜੀ ਵਰ ਟੀ ਹੋਣ ਤੋਂ ਬਚ ਕੇ ਤੁਹਾਨੂੰ ਲੱਗਾ 2 ਘੰਟੇ ਬਾਅਦ ਪਤਾ ਵੀ ਮੇਰੇ ਟੀ ਹੋ ਗਏ ਹਾਂਜੀ ਇਧਰ ਹੁਣ ਗੱਲ ਸੁਣੋ ਪੂਰੀ ਬਰਨਾਲੇ ਦੇ ਵੱਲ ਪਿੰਡ ਹੈਗਾ ਖੁੱਡੀ ਕਲਾ ਹਮ ਇਹ ਖੁੱਡੀ ਕਲਾ ਪਿੰਡ ਦੇ ਵਿੱਚ ਇੱਕ ਬੰਦਾ ਸੁੱਤਾ ਪਿਆ 11:29 ਰਾਤ ਦੇ ਆ ਅੱਛਾ ਜੀ ਲੋ ਜੀ ਉਹਨੂੰ ਇੱਕ ਫੋਨ ਤੇ ਮੈਸੇਜ ਆਉਂਦਾ ਟੀਂ ਟੀਂ ਟਿੰਗ ਟਿੰਗ ਆਇਆ ਉਹ ਅੱਛਾ ਉਹਨੂੰ ਦੱਸਿਆ ਕਿ ਭਾਈ ਜਿਹੜੀ ਤੁਹਾਡੀ ਗੱਡੀ ਆ ਨਾ ਇਹ ਸਹਾਰਨਪੁਰ ਦੇ ਵੱਲ ਲੰਗੀ ਉੱਥੇ ਢੋਲਪਲਾਦੇ ਤੋਂ ਅੱਛਾ ਉੱਥੋਂ ਦੇ ਲੰਘਣ ਦੇ 90 ਰੁਪਏ ਆ ਠੀਕ ਉਹਨੇ ਆਖਿਆ ਵੀ ਕਿਤੇ ਮੇਰੀ ਗੱਡੀ ਨਾ ਚੱਕ ਕੇ ਲੈ ਗਿਆ ਹੋਵੇ ਹਾਂਜੀ ਉਹਨੇ ਭੱਜ ਕੇ ਬਾਹਰ ਦੇਖਿਆ ਗੱਡੀ ਉੱਥੇ ਖੜੀ ਆ ਹਾ ਹੁਣ ਢੀਂ ਕਿਵੇਂ ਹੋ ਗਏ ਸਵਾਲੇ ਪੈਰਾ ਹੁੰਦਾ ਗੱਡੀ ਘਰੇ ਖੜੀ ਆ ਬੰਦਾ ਸੁੱਤਾ ਪਿਆ ਲੰਗੀ ਕਨੇ ਸਹਾਰਨਪੁਰ ਵੱਲੋਂ 120 130 ਕਿਲੋਮੀਟਰ ਦੀ ਦੂਰੀ ਤੋਂ ਹੂੰ ਤੇ ਬਣੇ ਹੁਣ ਕੀ ਗੱਲ ਇਹ ਆ ਨਾ ਡੈਣਾ ਸਾਹਿਬ ਇਹ ਕੋਈ ਪਹਿਲਾ ਮਾਮਲਾ ਨਹੀਂ ਐ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਆਈਆਂ ਜਿਦੇ ਵਿੱਚ ਲੋਕਾਂ ਦੀ ਗੱਡੀ ਜਿਹੜੀ ਆ ਉਹ ਘਰੇ ਖੜੀ ਹੁੰਦੀ ਐ ਤਾਂ ਉਹਦੇ ਪੈਸੇ ਜਿਹੜੇ ਕੱਟਣ ਦੇ ਮੈਸੇਜ ਆ ਜਾਂਦੇ ਨੇ ਮੇਰਾ ਤਾਂ ਦੋਸਤ ਆ ਹਾਂਜੀ ਉਹ ਕਹਿੰਦਾ ਮੈਂ ਜਾ ਰਿਹਾ ਸੀ ਗਾ ਲੁਧਿਆਣੇ ਨੂੰ ਰਾਹ ਦੇ ਵਿੱਚ ਆਉਂਦਾ ਇੱਕ ਟੋਲਪਲਾਜ਼ਾ ਜਲੰਧਰ ਤੋਂ ਲੁਧਿਆਣੇ ਜਾਂਦਿਆਂ ਨੂੰ ਲੋ ਜੀ ਉਹ ਮੂਰੇ ਡਾਂਗ ਜੀ ਸੱਟ ਲੈਂਦਿਆਂ ਕਰਕੇ ਠੀਕ ਆ ਔਰੇ ਕੋਲੇ ਸੀਗਾ ਵੇ ਭਾਈ ਨਕਦ ਦੇ ਦੇਣਾ ਉਹ ਪਹਿਲਾਂ ਕਹਿੰਦੇ ਵੀ ਤੇਰੇ ਫਾਸਟ ਟੈਗ ਦੇ ਵਿੱਚ ਕੋਈ ਨੁਕਸਾ ਇਹ ਡਾਂਗ ਜੀ ਤਾਂ ਉਹਨੂੰ ਚੱਕੀ ਨਹੀਂ ਜਾਂਦੀਆਂ ਕਰਕੇ ਉਹਨੇ ਆਖ ਦੇਤੇ ਉਹਨੇ ਖਬੀ ਜਾਣਾ ਤਾਂ ਹੈ ਹੀ ਜਦੋਂ ਥੋੜੀ ਜੀ ਦੂਰ ਗਿਆ ਤੇ ਵਿੱਚੋਂ ਵੇ ਕਟ ਗਿਆ ਕਿ ਨੀ ਟਿੰਗ 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 ਹਾਂ ਉਹ ਡੰਗ ਜੀ ਤੇ ਕਾਉਣ ਦੇ ਦੁੱਗਣੇ ਪੈਸੇ ਦੇਣੇ ਪਏਗੇ ਤੇ ਡੈਣਾ ਸਾਹਿਬ ਸਾਡੇ ਇੱਕ ਜਾਣਕਾਰ ਉਹ ਇੱਕ ਇੱਦੇ ਟੋਲ ਪਲਾਜ਼ਾ ਤੋਂ ਲੰਘ ਰਹੇ ਸੀ ਜਦੋਂ ਪਹਿਲੀ ਵਾਰ ਲੰਗੇ ਤਾਂ ਹੋਰ ਪੈਸੇ ਕੱਟੇ ਗਏ ਫਾਸਟ ਟੈਗ 'ਚੋਂ ਜਦੋਂ ਦੂਜੀ ਵਾਰ ਲੰਗੇ 30 40 ਰੁਪਏ ਵਧ ਕੱਟੇ ਗਏ ਅੱਛਾ ਇੱਕ ਕੋਈ ਟੋਲ ਪਲਾਜ਼ਾ ਉਹੀ ਗੱਡੀ ਤੇ ਉਹੀ ਰੂਟ ਤੇ ਉਹ ਜਾ ਰਹੇ ਨੇ ਤਾਂ ਪੈਸੇ ਵੱਖ-ਵੱਖ ਕੱਟੀ ਗਏ ਮੈਂ ਤਾਂ ਖੁਦ ਹੈਰਾਨ ਆ ਅਕੀਲ ਸਜਣਾ ਦੇ ਕਾਰਡ ਚੱਲਦੇ ਹੁੰਦੇ ਆ ਵੀ ਭਾਈ ਇਹ ਐਸਮਿਕਮੇ ਵਾਲਾ ਜਾਂ ਐਸ ਕਮ ਦਾ ਜਾਂ ਐਸਮ ਕਾਰਡ ਚੱਲਦੇ ਆ ਇਧਰ ਨੂੰ ਜਾਂਨੇ ਕਾਰਡ ਚੱਲ ਜਾਂਦਾ ਉਧਰੋਂ ਆਉਂਦੇ ਕਦੇ ਚੱਲਦਾ ਨਹੀਂਗਾ ਅਬ ਉਹਨੇ ਚਿਰ ਸਰਕਾਰ ਬਦਲ ਗਈ ਆਹੋ ਵੀ ਪਤਾ ਨਹੀਂ ਸਮਝ ਨਹੀਂ ਆਉਂਦਾ ਹੋਈ ਕੀ ਕੀ ਜਾਂਦਾ ਇੱਕ ਪਾਸੇ ਕੈਸ਼ਲੈਸ ਦੀਆਂ ਗੱਲਾਂ ਫਾਸਟੈਗ ਦੀਆਂ ਗੱਲਾਂ ਦੂਜੇ ਪਾਸੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਠੱਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਪਤਾ ਨਹੀਂ ਹੱਲ ਕਿੱਥੇ ਨਿਕਲੂ ਮਹਾਰਾਜ ਜਾਣਦਾ ਬਸ ਢੀ ਨਾ ਹੋਣ ਪੈਸੇ ਕਿਸੇ ਦੇ ਮੇਰੇ ਤਾਂ ਕਿਤੇ ਵੀ ਆ ਵੀ ਹਾਜ਼ਰ ਹੈ ਚੰਚ ਦਾ ਵਿਚਾਰ ਟਣਾ ਸਾਹਿਬ ਕੱਲ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਕੁ ਨੌਜਵਾਨ ਮੁੰਡੇ ਦਿਖਾਈ ਦੇ ਰਹੇ ਨੇ ਜਿਦੇ ਬਾਰੇ ਚ ਇਹ ਕਿਹਾ ਜਾ ਰਿਹਾ ਕਿ ਇਹ ਗੈਂਗਸਟਰਸ ਨੇ ਜਿਨ੍ਹਾਂ ਵਿੱਚੋਂ ਇੱਕ ਪ੍ਰਿਆ ਵਰਤ ਫੌਜੀ ਇਹੀ ਨਾ ਹੈ ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਇਸ ਬੰਦੇ ਨੇ ਗੋਲੀਆਂ ਚਲਾਈਆਂ ਨੇ ਸੋ ਤਿੰਨ ਚਾਰ ਮੁੰਡੇ ਉਸ ਗੱਡੀ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਫੜੇ ਹੋਏ ਨੇ ਹਥਿਆਰੋ ਲਹਿਰਾ ਰਹੇ ਨੇ ਪੂਰੀ ਤਰ੍ਹਾਂ ਨਾਲ ਆਪਣੀ ਟੌਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਵੀ ਕਿਹਾ ਇਹ ਜਾ ਰਿਹਾ ਹੈ ਕਿ ਇਹ ਵੀਡੀਓ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਦੀ ਵੀਡੀਓ ਆ ਪਰ ਉਹਨਾਂ ਮੁੰਡਿਆਂ ਦੇ ਚਿਹਰਿਆਂ ਦੇ ਉੱਪਰ ਕਿਤੇ ਵੀ ਕੋਈ ਵੀ ਸ਼ਿਕਨ ਕੋਈ ਡਰ ਕੋਈ ਸਹਿਮ ਕੁਛ ਵੀ ਨਜ਼ਰ ਨਹੀਂ ਆ ਰਿਹਾ ਖੁਸ਼ੀ ਖੁਸ਼ੀ ਆਪਣਾ ਤਾਰਾ ਬੀ ਅੰਕਿਤ ਸੇਰਸਰ ਨਾਂ ਦੇ ਇੱਕ ਸ਼ੂਟਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦਿੱਲੀ ਦੀ ਪੁਲਿਸ ਦੇ ਵੱਲੋਂ ਜੀ ਦਿੱਲੀ ਦੀ ਪੁਲਿਸ ਨੇ ਕਿਹਾ ਸੀ ਵੀ ਦੋ ਅਸੀਂ ਸ਼ੂਟਰ ਗ੍ਰਿਫਤਾਰ ਕੀਤੇ ਆ ਕੁੱਲ 6 ਆ ਤੀਜਾ ਹੁਣ ਗ੍ਰਿਫਤਾਰ ਕੀਤਾ ਤੇ ਤਿੰਨ ਹਲੇ ਫੜਨੇ ਬਾਕੀ ਆ ਪਰ ਪੁਲਿਸ ਦੇ ਵੱਲੋਂ ਕੀਤੇ ਗਏ ਦਾਅਵੇ ਦੇ ਮੁਤਾਬਕ ਅੰਕਿਤ ਦੇ ਮੋਬਾਈਲ ਦੇ ਵਿੱਚੋਂ ਇੱਕ ਵੀਡੀਓ ਮਿਲੀ ਆ ਉਸ ਵੀਡੀਓ ਨੂੰ ਮੈਂ ਵੀ ਦੇਖਿਆ ਬਹੁਤ ਸਾਡੇ ਸਾਰੇ ਦਰਸ਼ਕਾਂ ਨੇ ਦੇਖਿਆ ਹੋਣਾ ਉਸ ਵੀਡੀਓ ਦੇ ਵਿੱਚ ਮਗਰਲੀ ਸੀਟ ਦੇ ਉੱਤੇ ਤਿੰਨ ਜਣੇ ਬੈਠੇ ਆ ਇੱਕ ਜਣਾ ਗੱਡੀ ਚਲਾ ਰਿਹਾ ਇੱਕ ਉਹਦੇ ਬਰਾਬਰ ਬੈਠਾ ਠੀਕ 15 ਹਥਿਆਰ ਲਹਿਰਾਏ ਜਾ ਰਹੇ 15 ਪਿਸਤੌਲ ਤੇ ਹੋਰ ਮਾਰੂ ਹਥਿਆਰ ਉਹ ਵੀਡੀਓ ਜਿਹੜੀ ਬਣਾਈ ਆ ਉਹਦੇ ਪਿੱਛੇ ਇੱਕ ਗਾਣਾ ਚੱਲ ਰਿਹਾ ਪੰਜਾਬੀ ਦੇ ਵਿੱਚ ਮੇਰਾ ਖਿਆਲ ਉਹ 2019 ਜਾਂ 2020 ਦੇ ਵਿੱਚ ਗਾਣਾ ਰਿਲੀਜ਼ ਹੋਇਆ ਜੇ ਮੈਂ ਨਾ ਗਲਤ ਹੋਵਾਂ ਤਾਂ ਸ਼ਾਇਦ ਵਰਿੰਦਰ ਬਰਾੜਾ ਗਾਇਕ ਦਾ ਨਾ ਉਹ ਗਾਣੇ ਦੇ ਬੋਲ ਹੈਗੇ ਵੀ ਰੱਬ ਨੇ ਮਿਹਰ ਕਰਤੀ ਕੁਛ ਇਦਾਂ ਦੇ ਗਾਣੇ ਦੇ ਬੋਲ ਹੈਗੇ ਆ ਉਹ ਬੰਦੇ ਇੰਨੇ ਖੁਸ਼ ਆ ਵੀ ਅਸੀਂ ਇੱਕ ਵੱਡਾ ਕਾਰਾ ਕਰਕੇ ਆਏ ਆ ਉਹ ਬੰਦਿਆਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਆ ਉਹ ਜਿਵੇਂ ਫਿਲਮਾਂ ਦੇ ਵਿੱਚ ਨਹੀਂ ਹੁੰਦਾ ਹਿੰਦੀ ਫਿਲਮਾਂ ਦੇ ਵਿੱਚ ਵੀ ਭਾਈ ਆਪਾਂ ਪਿਸਤੌਲ ਆ ਜਿਹੜੇ ਉਹ ਐਂ ਦਿਖਾਏ ਜਾਂਦੇ ਆ ਉਹ ਇਸ ਤਰੀਕੇ ਨਾਲ ਆਪਣੇ ਹਥਿਆਰਾਂ ਦੀ ਨਮਾਇਸ਼ ਲਾ ਰਹੇ ਆ ਜੀ ਤੇ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਤੋਂ ਬਾਅਦ ਇਹਨਾਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਆ ਇਹਨਾਂ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਵੀ ਦੇਖੋ ਅਸੀਂ ਕਿੰਨੀ ਵੱਡੀ ਮੱਲ ਮਾਰ ਕੇ ਆਏ ਆ ਕਿਸੇ ਦੀ ਉਮਰ 19 ਸਾਲ ਆ ਕਿਸੇ ਦੀ ਇਸ ਤੋਂ ਵੱਧਾ ਕਿਸੇ ਦੀ ਕਿੰਨੀ ਆ ਕਿਸੇ ਦੀ ਕਿੰਨੀ ਆ ਮੈਂ ਅੱਜ ਸਾਰਾ ਵੇਰਵਾ ਪੜਿਆ ਜੋ ਕਿ ਖ਼ਬਰਾਂ ਦੇ ਵਿੱਚ ਆਇਆ ਵੀ ਕਿਸੇ ਨੂੰ ਘਰਦਿਆਂ ਨੇ ਕਿਵੇਂ ਬੇਦਖਲ ਕੀਤਾ ਜੀ ਜਦੋਂ ਚਲਾ ਗਿਆ ਕਿਸੇ ਨੂੰ 5 ਸਾਲ ਪਹਿਲਾਂ ਬੇਦਖਲ ਕੀਤਾ ਹੋਇਆ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਵੀ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਵੀ ਜੇਕਰ ਪੁਲਿਸ ਦਾ ਕਹਿਣਾ ਸੱਚ ਆ ਜੇਕਰ ਇਹ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਤੋਂ ਬਾਅਦ ਵਾਲੀ ਜਸ਼ਨ ਮਨਾਉਂਦਿਆਂ ਦੀ ਵੀਡੀਓ ਆ ਤਾਂ ਇਹ ਗੱਲ ਬੜੀ ਸਾਫ਼ ਆ ਵੀ ਜਵਾਨ ਵਰਗ ਇੱਕ ਗੈਂਗਸਟਰਾਂ ਦਾ ਇੱਕ ਇਹ ਪੂਰ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਉਹਨਾਂ ਨੂੰ ਡਰੀ ਕੋਈ ਨਹੀਂ ਅਸੀਂ ਗ੍ਰਫਤਾਰ ਹੋ ਜਾਾਂਗੇ ਜੀ ਬਿਲਕੁਲ ਸਾਡਾ ਕੁਝ ਮਾੜਾ ਹੋ ਜਾਊਗਾ ਅਸੀਂ ਗਲਤੀ ਕਰਕੇ ਗੁਨਾਹ ਕਰਕੇ ਆਏ ਆ ਉਹਨਾਂ ਦੇ ਚਿਹਰੇ ਦਿੱਤੇ ਕੋਈ ਸ਼ਿਕਰ ਨਜ਼ਰ ਨਹੀਂ ਆਉਂਦੀ ਜੀ ਬਿਲਕੁਲ ਔਰ ਜਿਹੜੇ ਰਸਤੇ ਦੇ ਉੱਪਰ ਗੱਡੀ ਜਾ ਰਹੀ ਹੈ ਰਸਤਾ ਕਿਸੇ ਖੇਤਾਂ ਦਾ ਰਸਤਾ ਲੱਗਦਾ ਪਿਆ ਕਿਉਂਕਿ ਆਲੇ ਦੁਆਲੇ ਖੇਤ ਨਜ਼ਰ ਆਉਂਦੇ ਪਏ ਨੇ ਸੋ ਇਸ ਵੀਡੀਓ ਨੇ ਇੱਕ ਨਵੀਂ ਚਰਚਾ ਛੇੜ ਦਿੰਦੀ ਹੈ ਕਿ ਖੁੱਲੇ ਆਮ ਗੱਡੀ ਦੇ ਵਿੱਚ ਇੰਨੇ ਸਾਰੇ ਹਥਿਆਰ ਲੈ ਕੇ ਨੌਜਵਾਨ ਮੁੰਡੇ ਤੁਰੇ ਫਿਰਦੇ ਨੇ ਤੇ ਕੀ ਕਿਸੇ ਦੇ ਨਜ਼ਰੀਂ ਨਹੀਂ ਚੜੇ ਹੋ ਹੁਣ ਨਾ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਆ ਉਹਨੂੰ ਗੌਰ ਨਾਲ ਸੁਣਿਓ ਜੀ ਉਹ ਕਹਿੰਦੇ ਪੰਜਾਬ ਦੇ ਵਿੱਚ ਸਰਕਾਰ ਦੇ ਬਰਾਬਰ ਇੱਕ ਸਰਕਾਰ ਗੈਂਗਸਟਰਾਂ ਦੀ ਚੱਲ ਰਹੀ ਆ ਅੱਛਾ ਜੀ ਕਿਹਦੇ ਕੋਲੇ ਜਾ ਕੇ ਆਪਣਾ ਦੁੱਖੜਾ ਰੋਈਏ ਕਿਉਂਕਿ ਕਈ-ਕਈ ਤਾਂ ਗਰੁੱਪ ਆ ਇੱਕ ਕੋਲੇ ਜਾਂਦੇ ਆ ਦੂਜਾ ਨਾਰਾਜ਼ ਹੁੰਦਾ ਦੂਜੇ ਗਰੁੱਪ ਕੋਲੇ ਜਾਂਦੇ ਆ ਤੀਜਾ ਤੁਹਾਨੂੰ ਭਾਲਦਾ ਫਿਰਦਾ ਤੀਜੇ ਕੋਲੇ ਜਾਂਦੇ ਆ ਕੋਈ ਚੌਥਾ ਗਰੁੱਪ ਭਾਲਦਾ ਫਿਰਦਾ ਇਹਨਾਂ ਦੇਗਾ ਆਪਸ ਦੇ ਵਿੱਚ ਲੜਾਈਆਂ ਤੇ ਮਰਦਾ ਆਮ ਬੰਦਾ ਹੂੰ ਕਦੇ ਇੱਕ ਦੂਜੇ ਨੂੰ ਕਿਉਂ ਨਹੀਂ ਮਾਰਦੇ ਇੰਉਂ ਕਾਤੋਂ ਹੁੰਦਾ ਵੀ ਇਸ ਗਰੁੱਪ ਦੇ ਬੰਦੇ ਦੇ ਨਾਲ ਫਲਾਣੇ ਦੇ ਸਬੰਧ ਨਾ ਹੋਣ ਆਪਾਂ ਉਹਨੂੰ ਮਾਰਦੇ ਆ ਵੱਡਾ ਚਿਹਰਾ ਇਸ ਕਰਕੇ ਪਤਾ ਲੱਗੂਗਾ ਵੀ ਸਾਡਾ ਉਭਾਰ ਕਿੰਨਾ ਹੁੰਦਾ ਇਹ ਆਪਸ ਦੀਆਂ ਦੁਸ਼ਮਣੀਆਂ ਤੇ ਮਾਰੇ ਜਾਂਦੇ ਆਮ ਲੋਕ ਕਸੂਰ ਕੀ ਆ ਨਾਲ ਉਸ ਪੀੜਤ ਬਾਪ ਨੇ ਵੀ ਗੱਲ ਕਹੀ ਆ ਕਿ ਚੋਣਾ ਦੇ ਮੌਕੇ ਮੇਰੇ ਪੁੱਤ ਦੇ ਉੱਤੇ 7 ਤੋਂ 8 ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਪੁਲਿਸ ਹੁੰਦੀ ਸੀ ਪਰ ਲੋਕ ਹੁੰਦੇ ਸੀ ਇਸ ਕਰਕੇ ਬਚਦਾ ਰਿਆ ਪਰ ਐਨ ਮੌਕੇ ਦੇ ਉੱਤੇ ਜਾ ਕੇ ਆ ਕੁਝ ਕਰ ਦਿੱਤਾ ਉਹਨਾਂ ਨੇ ਤੇ ਸਾਡੀ ਰੀੜ ਦੀ ਹੱਡੀ ਤੋੜ ਕੇ ਰੱਖ ਦਿੱਤੀ ਆ ਪਰ ਫੇਰ ਵੀ ਬਾਪ ਹੌਸਲੇ ਦੇ ਵਿੱਚ ਆ ਬਾਪ ਦੇ ਸਾਹਸ ਲਈ ਅਸੀਂ ਸਲਾਮ ਕਰਦੇ ਆ ਵੀ ਉਹਨੇ ਕਿਹਾ ਕਿ ਮੈਂ ਜਿੰਨੀ ਦੇਰ ਤੱਕ ਮੇਰੇ ਕੋਲੇ ਸਵਾਸਾ ਨਹੀਂ ਪੂੰਜੀ ਆ ਉਨੀ ਦੇਰ ਤੱਕ ਮੈਂ ਆਪਣੇ ਪੁੱਤ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰੂੰਗਾ ਮੈਂ ਉਹਦੇ ਸੁਪਨਿਆਂ ਨੂੰ ਸাকার ਪੂਰਾ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਉਸ ਤੋਂ ਅਗਲੀ ਗੱਲ ਕਹੀ ਹੈ ਵੀ ਉੱਤੋਂ ਸਰਕਾਰ ਨੇ ਕੰਨ ਕਰਤਾ ਵੀ ਸਿਕਿਉਰਿਟੀ ਵਾਪਸ ਲੈ ਕੇ ਤੇ ਡੌਂਡੀ ਪਿੱਟਦੀ ਵੀ ਭਾਈ ਅਸੀਂ ਤਾਂ ਸਿਕਿਉਰਿਟੀ ਵਾਪਸ ਲੈ ਲਈ ਆ ਤੇ ਹੁਣ ਇਸ ਮਾਮਲੇ ਦੇ ਉੱਤੇ ਵਿਰੋਧੀ ਪਾਰਟੀਆਂ ਨੇ ਮੁੱਦਾ ਬਣਾਇਆ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਸਾਬਕਾ ਗ੍ਰਹਿ ਮੰਤਰੀ ਆ ਉਹਨਾਂ ਨੇ ਕਿਹਾ ਜੀ ਕਿ ਭਗਵੰਤ ਮਾਨ ਇਸ ਸਵਾਲ ਦਾ ਉੱਤਰ ਦੇਵੇ ਵੀ ਤੁਸੀਂ ਸੁਰੱਖਿਆ ਦੇ ਮਾਮਲੇ ਦੇ ਵਿੱਚ ਕਿਵੇਂ ਅਣਗਹਿਲੀ ਕੀਤੀ ਆ ਤੇ ਸਰਕਾਰ ਦੇ ਬਰਾਬਰ ਗੈਂਗਸਟਰਾਂ ਦੀਆਂ ਸਰਕਾਰਾਂ ਕਿਵੇਂ ਚੱਲ ਰਹੀਆਂ ਇਸ ਗੱਲ ਦੇ ਉੱਤੇ ਉੱਤਰ ਕਿਉਂ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਸਹੀ ਵਾਹ ਜੀ ਹਜ਼ਰਤ ਜੰਚਦਾ ਵੀਚਾ ਲੋਜੀ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਨਾਲ ਨੇ ਹਰਮਨ ਸਿੰਘ ਜੀ ਜੀ ਤੇ ਹੁਣ ਅਗਲੀਆਂ ਖਬਰਾਂ ਵਾਲ ਵਧੀਆ ਟੈਣਾ ਸਾਹਿਬ ਅਬ ਹਮੇਸ਼ਾ ਇਹ ਗੱਲ ਕਰਦੇ ਆ ਟੈਣਾ ਸਾਹਿਬ ਕਿ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਦਾਨ ਵਿੱਤ ਸਮਾਨ। ਬਿਲਕੁਲ। ਔਰ ਜਦੋਂ ਕਿਤੇ ਪੰਜਾਬੀਆਂ ਦੀ ਗੱਲ ਆਉਂਦੀ ਆਪਾਂ ਇਹ ਜਾਣਦੇ ਆ ਕਿ ਕਿਤੇ ਵੀ ਲੋਡ ਹੋਵੇ ਤਾਂ ਇਹ ਮਾਨ ਵਾਲੀ ਗੱਲ ਹੈ ਕਿ ਪੰਜਾਬੀ ਸਭ ਤੋਂ ਪਹਿਲਾਂ ਉੱਥੇ ਹਾਜ਼ਰ ਹੁੰਦੇ ਨੇ ਔਰ ਆਪਣੇ ਵਿੱਤ ਸਮਾਨ ਦਾਨ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਇਹੋ ਜਿਹੀ ਖਬਰ ਕੈਨੇਡਾ ਤੋਂ ਵੀ ਸਾਹਮਣੇ। ਭਾਵੇਂ ਪੰਜਾਬੀਆਂ ਦੇ ਉੱਤੇ ਸਿੱਖਾਂ ਦੇ ਉੱਤੇ ਕਿੰਨੇ ਵੀ ਅਤਿਆਚਾਰ ਕੀ ਉਹ ਨਾ ਕੀਤੇ ਗਏ ਹੋਣ। ਬਿਲਕੁਲ। ਭਾਵੇਂ ਤੁਸੀਂ ਸਿੱਖਾਂ ਦੇ ਬਾਰੇ ਜਿਹੜੀ ਮਰਜ਼ੀ ਸੋਚ ਰੱਖਦੇ ਹੋ। ਪਤਾ ਹੀ ਨਹੀਂ ਕਿ ਇਹੋ ਜਿਹੀ ਕੌਣ-ਕੌਣ ਰੱਖਦਾ। ਪਰ ਇਸ ਦੇ ਬਾਵਜੂਦ ਉਹ ਗੁਰੂ ਸਾਹਿਬ ਦੇ ਵੱਲੋਂ ਦਰਸਾਏ ਗਏ ਮਾਰਗ ਦੇ ਉੱਤੇ ਕਿਵੇਂ ਚੱਲਦੇ ਆ ਤੇ ਦਸਵੰਧ ਕਿਵੇਂ ਕੱਢਦੇ ਆ ਇਹ ਵੀ ਦੁਨੀਆ ਦੇ ਵਿੱਚ ਇੱਕ ਮਿਸਾਲ ਆ ਜੀ ਮਨੁਖਤਾ ਦੀ ਸੇਵਾ ਲਈ ਦਸਵੰਧ ਕਿਵੇਂ ਕੱਢਦੇ ਇਹ ਵੀ ਇੱਕ ਬਹੁਤ ਵੱਡੀ ਮਿਸਾਲ ਆ ਤੇ ਇਹ ਜਿਹੜੀ ਖਬਰ ਆਈ ਆ ਕੈਨੇਡਾ ਦੇ ਵਿੱਚੋਂ ਇੱਥੇ ਸਰਦਾਰ ਵਿਕਰਮ ਸਿੰਘਾ ਸਰਦਾਰ ਵਿਕਰਮ ਸਿੰਘ ਢਿੱਲੋਂ ਨੇ ਜਿਹੜੇ ਉਹਨਾਂ ਨੇ 1 ਕਰੋੜ ਡਾਲਰ ਦਾ ਦਾਨ ਕੀਤਾ ਹਸਪਤਾਲਾਂ ਵਾਸਤੇ 1 ਕਰੋੜ ਡਾਲਰ ਜੀ ਮਤਲਬ ਇਧਰ 60 61 ਕਰੋੜ ਰੁਪਈਆ ਬਣ ਜਾਂਦਾ ਜੇ ਆਪਾਂ 1 ਡਾਲਰ ਦੀ ਗੱਲ ਕਰੀਏ ਮੇਰੇ ਖਾਲ 60-61 ਰੁਪਏ ਦਾ ਹੋਊਗਾ 60 ਜਾਂ 61 ਕਰੋੜ ਰੁਪਈਆ ਬਣ ਜਾਂਦਾ ਬਹੁਤ ਸਾਰੇ ਪੰਜਾਬੀ ਸਾਡੇ ਦਾਨ ਕਰਦੇ ਆ ਦੁਨੀਆ ਭਰ ਦੇ ਵਿੱਚ ਹਸਦੇ ਪੰਜਾਬੀ ਆ ਜਿਹੜੇ ਉਹ ਗੁਰੂ ਸਾਹਿਬਾਨ ਦੇ ਦੱਸੇ ਮੁਤਾਬਕ ਚੱਲਦੇ ਆ ਦਸਵੰਦ ਆਪਣਾ ਕੱਢਦੇ ਆ ਪਰ ਇੰਨਾ ਵੱਡਾ ਦਾਨ ਕੈਨੇਡਾ ਦੇ ਵਿੱਚ ਇੱਕ ਵਿਅਕਤੀ ਵਿਸ਼ੇਸ਼ ਦੇ ਵੱਲੋਂ ਪਹਿਲੀ ਵਾਰ ਕੀਤਾ ਗਿਆ ਮੈਨੂੰ ਇਹ ਪਤਾ ਲੱਗਾ ਜੀ ਜੀ ਔਰ ਤੁਸੀਂ ਵੇਖੋ ਇਹਨਾਂ ਦਾ ਪਰਿਵਾਰ ਜਿਹੜਾ ਹੈ ਚਾਰ ਬੱਚੇ ਨੇ ਇਹਨਾਂ ਦੇ ਨੌ ਪੋਤੇ-ਪੋਤੀਆਂ ਨੇ ਹਾਂ ਇੱਕ ਹੀ ਬੜੀ ਮਹੱਤਵਪੂਰਨ ਗੱਲ ਆ ਜਿਹੜੇ ਵੀ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਇਹਨਾਂ ਦੇ 4 ਬੱਚੇ ਪੈਦਾ ਹੋਏ 9 ਪੋਤੇ ਪੁੱਤਾਂ ਨੇ ਜਨਮ ਲਿਆ ਉਹਨਾਂ ਹਸਪਤਾਲਾਂ ਨੂੰ ਇਹਨਾਂ ਨੇ ਦਾਨ ਕੀਤਾ ਜੀ ਕਿਉਂਕਿ ਦੇਖੋ ਵੀ ਉਹਨਾਂ ਦੀ ਅਗਲੀ ਪੀੜ੍ਹੀ ਹੈ ਜਿਹੜੀ ਉਹਨਾਂ ਦਾ ਵੰਸ਼ ਆ ਜਿਹੜਾ ਉਹਨਾਂ ਨੇ ਖੁਸ਼ੀ ਦੇ ਵਿੱਚ ਕਹਿ ਗਏ ਉਹਨਾਂ ਦਾ ਜਜ਼ਬਾ ਸੀਗਾ ਜਜ਼ਬਾਤ ਸੀਗੇ ਉਹਨਾਂ ਨੇ 1 ਕਰੋੜ ਡਾਲਰ ਦਿੱਤਾ 1999 ਦੇ ਵਿੱਚ ਇਹਨਾਂ ਨੇ ਕੈਨੇਡਾ ਦੇ ਵਿੱਚ ਪਹਿਲਾ ਪੈਟਰੋਲ ਪੰਪ ਖੋਲਿਆ ਸੀ ਬਾਅਦ ਵਿੱਚ ਕੁਦਰਤ ਨੇ ਪਰਮਾਤਮਾ ਨੇ ਤਰੱਕੀ ਇਸ ਕਿਦਰ ਦਿੱਤੀ ਹੈ ਵੀ ਅੱਜ ਭਾਵੇਂ ਜ਼ਮੀਨਾਂ ਦੀ ਖਰੀਦੋ-ਫਰੋਖਤ ਦੀ ਗੱਲ ਹੋਵੇ ਰੀਅਲ ਏਸਟੇਟ ਦਾ ਕਾਰੋਬਾਰ ਹੋਵੇ ਜਾਂ ਅੱਜ ਟਰੱਕਿੰਗ ਦਾ ਕਾਰੋਬਾਰ ਹੋਵੇ ਜਾਂ ਪੈਸਿਆਂ ਦੇ ਲੈਣ-ਦੇਣ ਦਾ ਕੋਈ ਹੋਰ ਮਾਮਲਾ ਹੋਵੇ ਵੀ ਬਹੁਤ ਤਰੱਕੀ ਕੀਤੀ ਹੈ ਇਹਨਾਂ ਨੇ ਤੇ ਕਮਾਲ ਦਾ ਦਾਨ ਕੀਤਾ ਜੀ ਬਿਲਕੁਲ ਤੁਸੀਂ ਵੇਖੋ ਕਿ ਜਿਗਰਾ ਚਾਹੀਦਾ ਹੁੰਦਾ ਔਰ ਇਹੋ ਜੇ ਜਗਰੇ ਦੀ ਮਿਸਾਲ ਪੇਸ਼ ਕੀਤੀ ਹੈ ਸਭ ਤੋਂ ਵੱਡੀ ਚੀਜ਼ ਹੈ ਹੈਨਾ ਇਹ ਸਭ ਤੋਂ ਮਹੱਤਵਪੂਰਨ ਗੱਲ ਹੈ ਮੇਰੇ ਨਾਲ ਕਈ ਦੋਸਤਾਂ ਜਿਹੜੇ ਉਹ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਜਾਂ ਹੋਰ ਦੇਸ਼ਾਂ 'ਚ ਵੱਸਦੇ ਆ ਉਹਨਾਂ ਦੇ ਵੱਲੋਂ ਆ ਕੇ ਆਪਦੇ ਪੰਜਾਬ ਦੇ ਵਿੱਚ ਆਪਦੇ ਪਿੰਡ 'ਚ ਆਪਣੀ ਗਲੀ 'ਚ ਆਪਣੇ ਖੇਤਰ ਦੇ ਵਿੱਚ ਕੁਝ ਨਾ ਕੁਝ ਕੀਤੀ ਜਾਂਦੀ ਭਾਵੇਂ ਲੱਖ ਰੁਪਏ ਦਾ ਕੋਈ ਕੰਮ ਹੋਵੇ ਭਾਵੇਂ 2 ਲੱਖ ਦਾ ਭਾਵੇਂ 21 ਹਜ਼ਾਰ ਦਾ ਭਾਵੇਂ 11 ਹਜ਼ਾਰ ਦਾ ਭਾਵੇਂ 10 ਲੱਖ ਦਾ ਉਹ ਉੱਥੋਂ ਚੱਲ ਕੇ ਸਪੈਸ਼ਲ ਆਉਂਦੇ ਉੱਚੇ ਚੇ ਤੌਰ ਤੇ ਤੇ ਕਈ ਵਿੱਚ ਨੁਕੋਚ ਕਰ ਲੈ ਉੱਥੇ ਵਾਧੂ ਪੈਸੇ ਨਾ ਉੱਥੇ ਕੀ ਫਰਕ ਪੈਂਦਾ ਉੱਥੇ ਕਿਹੜਾ ਝਾੜੂ ਨਾਲ ਇਕੱਠੇ ਕਰਦੇ ਉਹਦੇ ਉੱਥੇ ਤਾਂ ਜਿਵੇਂ ਦਰਖਤਾਂ ਨੂੰ ਲੱਗੇ ਹੁੰਦੇ ਨਾ ਉਹ ਐ ਪ੍ਰਭਾਵ ਦੇਣਗੇ ਜੀ ਉੱਥੇ ਪੈਸੇ ਹੀ ਪੈਸੇ ਇਹਨਾਂ ਨੂੰ ਕੀ ਫਰਕ ਪੈਂਦਾ ਵਿੱਲੇ ਹੈਗੇ ਪੈਸੇ ਹੀ ਪੈਸੇ ਤੇ ਮੈਂ ਇਹ ਸੋਚ ਰਹਾ ਹਾਂ ਪੈਸੇ ਹੀ ਪੈਸੇ ਤੱਕ ਰੀਂਨੇ ਆ ਇਹ ਪੈਸੇ ਤੁਹਾਡੇ ਕੋਲੇ ਹੋ ਜਾਣਾ ਬੜੇ ਹੋਣ ਕਦੇ ਕਿਸੇ ਨੂੰ ਪੰਜੀ ਦਿੱਤੀ ਹੈ ਗੱਲ ਤਾਂ ਇਹੀ ਹੈ ਨਾ ਉਸ ਦਾ ਵੀ ਆਪਣੇ ਪਿੰਡ ਦੇ ਵਿੱਚ ਹਮ ਜਿਹੜੇ ਪਿੰਡ ਦੇ ਵਿੱਚ ਉਹ ਆ ਕੇ ਦਾਨ ਕਰਦੇ ਆ ਜਿਹੜੇ ਪਿੰਡ ਦੇ ਵਿੱਚ ਆ ਕੇ ਉਹ ਪੈਸੇ ਲਾਉਂਦੇ ਆ ਨਾ ਉਹਨਾਂ ਨੇ ਸਰਪੰਚ ਬਣਨਾ ਉਥੋਂ ਦੇ ਨਾ ਐਮਐਲਏ ਨਾ ਨੰਬਰਦਾਰੀ ਲੈਣੀ ਆ ਨਾ ਐ ਨਾ ਕੋਈ ਹੋਰ ਕਲੱਬ ਦੀ ਮੈਂਬਰੀ ਲੈਣੀ ਤੇ ਨਾ ਕੋਈ ਔਦਿਹਦਾਰੀ ਹੋਰ ਰੱਖਣੀ ਹੈ ਕੋਈ ਮਤਲਬ ਹੀ ਨਹੀਂ ਆਉਂਦਾ ਉਹ ਆਉਂਦੇ ਆ ਆਪਦਾ ਖਰਚਾ ਕਰਕੇ ਚਲੇ ਜਾਂਦੇ ਆ ਤੇ ਆਪਾਂ ਧੰਨਵਾਦ ਤਾਂ ਕੀ ਕਰਨਾ ਪਗਣਾ ਉੱਥੋਂ ਪਤਾ ਨਹੀਂ ਕਿੰਨੇ ਇਕੱਠੇ ਕਰਲੇ ਹੋਣੇ ਆ ਅਸੀਂ ਤਾਂ ਪੈਸੇ ਹੀ ਪੈਸੇ ਸੋਖਾ ਇਹੋ ਜਿਹੇ ਲੋਕਾਂ ਤੋਂ ਹਮੇਸ਼ਾ ਪਾਸੇ ਰਹਿਣਾ ਚਾਹੀਦਾ ਕਿਉਂਕਿ ਉਹ ਆਪ ਨਕਾਰਾਤਮਕ ਸੋਚਦੇ ਨੇ ਤੇ ਤੁਹਾਨੂੰ ਵੀ ਉਸੇ ਰਾਹ ਦੇ ਉੱਪਰ ਤੋਰਦੇ ਨੇ ਸੋ ਜਿਹੜੇ ਲੋਕ ਚੰਗਾ ਕੰਮ ਕਰਦੇ ਨੇ ਉਹਨਾਂ ਦੀ ਹਮੇਸ਼ਾ ਗੱਲ ਹੋਣੀ ਚਾਹੀਦੀ ਹੈ ਔਰ ਇਹੋ ਜਿਹੇ ਲੋਕਾਂ ਨੂੰ ਸਲਾਮ ਹੈ ਕਿ ਉਹ ਮਨੁੱਖਤਾ ਦੇ ਬਾਰੇ ਵਿੱਚ ਸੋਚਦੇ ਨੇ ਉਹ ਬਾਕੀ ਲੋਕਾਂ ਦੇ ਬਾਰੇ ਵਿੱਚ ਵੀ ਜਿਨ੍ਹਾਂ ਨੂੰ ਵੀ ਇਹ ਲੱਗਦਾ ਕਿ ਬਾਹਰੋਂ ਆ ਕੇ ਤੇ ਇੱਥੇ ਆ ਜਿਹੜੇ ਪੈਸੇ ਲਾਉਣੇ ਕੋਈ ਬੜੀ ਵੱਡੀ ਗੱਲ ਨਹੀਂ ਬਾਹਰੋਂ ਆ ਕੇ ਇੱਥੇ ਤਾਂ ਚੋਚਲੇ ਕਰਦੇ ਕਈ ਲੋਕ ਐਵੇਂ ਕਰਦੇ ਵਿੱਚ ਬੈਠੀ ਨਾ ਜੇ ਕਰਕੇ ਇਹਨਾਂ ਦੇ ਕੋਲੇ ਕੁਝ ਨਹੀਂ ਤਾਂ ਐ ਹੀ ਆ ਬਸ ਵਿਖਾਵਾਈਆ ਤੁਸੀਂ ਵਿਖਾਵਾ ਕਰਿਆ ਕਰੋ ਤੁਸੀਂ ਇਦਾਂ ਦਾ ਵਿਖਾਵਾ ਆਪ ਕਰ ਲਿਆ ਕਰੋ ਉਹਨਾਂ ਨੂੰ ਲੋੜ ਹੀ ਨਾ ਪਵੇ ਨਾਲੇ ਜੇ ਤੁਹਾਨੂੰ ਇਹ ਲੱਗਦਾ ਕਿ ਉਧਰੋਂ ਇਕੱਠੇ ਕਰਕੇ ਲੈ ਜਾਂਦੇ ਇਹਨਾਂ ਨੂੰ ਤਾਂ ਵੈਸੇ ਵੇਲਿਆਂ ਨੂੰ ਪੈਸੇ ਬਣਦੇ ਨੇ ਤੇ ਤੁਸੀਂ ਜਿੰਨੇ ਉਹ ਲੈ ਕੇ ਆਏ ਨੇ ਉਹਦਾ ਚੌਥਾ ਹਿੱਸਾ ਹੀ ਦਾਨ ਕਰਦੇ ਰਹੋ ਮੇਰਾ ਇੱਕ ਦੋਸਤ ਆ ਪਾਲ ਸਿੰਘ ਸਿੱਖੋਂ ਜੀ ਹੋਰ ਵੀ ਕਈ ਦੋਸਤ ਆ ਉਹ ਆਪੋ ਆਪਣੇ ਖੇਤਰ ਦੇ ਵਿੱਚ ਜਾ ਕੇ ਨਾ ਤੇ ਉਹ ਗਰੀਬ ਕੁੜੀਆਂ ਦੇ ਵਿਆਹ ਕਰਵਾਉਂਦਾ ਕੋਈ ਹੋਰ ਕੰਮ ਕਰਦਾ ਕੋਈ ਹੋਰ ਕੰਮ ਨੁਕਤਾ ਦੀ ਸੇਵਾ ਲੈ ਕਰਦਾ ਉਹਨਾਂ ਦੇ ਉੱਤੇ ਵੀ ਕਈ ਵਾਰ ਨਾ ਕਹਣਗੇ ਲੈ ਇਹ ਤਾਂ ਪਤਾ ਨਹੀਂ ਉੱਥੋਂ ਕਿੰਨੇ ਕੇ ਪੈਸੇ ਇਕੱਠੇ ਕਰ ਲੈਂਦੇ ਹੋਣੇ ਲੈ ਇਹ ਤਾਂ ਬੇਬਾਲੇ ਪੈਸੇ ਹੋਗੇ ਹੋਣੇ ਆ ਲਓ ਜੀ ਹੁਣ ਪਿਛਲੇ 2-3 ਸਾਲਾਂ ਤੋਂ ਕੁਝ ਕ ਨਿੱਜੀ ਕਾਰਨਾਂ ਦੇ ਕਰਕੇ ਉਹ ਆਏ ਨਹੀਂਗੇ ਵਿੱਚ ਕਰੋਨਾ ਆ ਗਿਆ ਵਿੱਚ ਹੋਰ ਕੰਮ ਕਾ ਜਾਗੇ ਕੋਈ ਪਰਿਵਾਰਕ ਸਮੱਸਿਆਵਾਂ ਹੋ ਸਕਦੀਆਂ ਪਰ ਹੁਣ ਕਿਸੇ ਨੇ ਇੱਕ ਕੁੜੀ ਦਾ ਵਿਆਹ ਵੀ ਨਹੀਂ ਕੀਤਾ ਜੀ ਹੁਣ ਕਿਸੇ ਨੇ ਇੱਕ ਬੱਚੇ ਦੀ ਫੀਸ ਵੀ ਨਹੀਂ ਤਾਰੀ ਤੇ ਹੁਣ ਤੁਸੀਂ ਕੁਛ ਨਾ ਕੁਛ ਮੇਲਾ ਲੁੱਟ ਲੋ ਤੁਸੀਂ ਕਹੋ ਜੀ ਦੇਖੋ ਆਪਾਂ ਇਹਨਾਂ ਨਾਲੋਂ ਵੱਡਾ ਕੰਮ ਕਰਕੇ ਦਿਖਾਤਾ ਕੱਲੀ ਗੱਲ ਤੇ ਕੱਲੀ رائے ਨਹੀਂ ਬਿਲਕੁਲ ਕਰੀ ਨਗੋਚ ਨਹੀਂ ਜੇ ਕੁਛ ਕਰ ਸਕਦੇ ਹੋ ਤਾਂ ਕਰੋ ਨਹੀਂ ਤਾਂ ਜੋ ਕੁਝ ਹੁੰਦਾ ਉਹਨੂੰ ਸਵੀਕਾਰ ਕਰੋ ਆਹ ਦੀ ਹਾਜ਼ਰ ਹੈ ਚੰਚ ਦਾ ਵੀ ਚਾਹ ਹਰਮਨ ਜੀ ਇਥੋਪੀਆ ਦੇ ਵਿੱਚ ਨਾ ਜੇ ਕਿਸੇ ਨੇ ਵਿਸ਼ਵ ਸੁੰਦਰਾ ਬਣਨਾ ਹੋਵੇ ਨਾ ਤਾਂ ਉਹਦੇ ਲਈ ਗੋਗੜੇ ਵਧਾਉਣੀ ਪੈਂਦੀ ਆ ਸੁੰਦਰਾ ਕੀ ਹੁੰਦਾ ਜੇ ਵਿਸ਼ਵ ਸੁੰਦਰੀ ਹੋ ਸਕਦੀ ਹੈ ਤੇ ਬੰਦਾ ਸੁੰਦਰਾ ਨਹੀਂ ਹੋ ਸਕਦਾ ਤੁਸੀਂ ਕੱਲ ਵੀ ਇੱਕ ਲਫ਼ਜ਼ ਬੋਲਾ ਸੀ ਪਤਾ ਹੈ ਕਹਿੰਦੇ ਜਿਹੜੀ ਮਿੱਤਰੀ ਮਿੱਤਰੀ ਕੀ ਹੁੰਦਾ ਮਿੱਤਰ ਦੀ ਨਾਲ ਦੀ ਮਿੱਤਰੀ ਐਵੇਂ ਮਿੱਤਰੀ ਇਹ ਕਿਹੜਾ ਸ਼ਬਦ ਆ ਸਹੇਲੇ ਦੇ ਨਾਲ ਦੀ ਸਹੇਲੀ ਹਾਂ ਸਹੇਲਾ ਕਿਹੜਾ ਚਾਹ ਪਤੀ ਦੇ ਨਾਲ ਦੀ ਪਤਨੀ ਹਾਂ ਤੇ ਉਹ ਤਾਂ ਹੁੰਦਾ ਹੈ ਹਾਂ ਆਪਾਂ ਤੇ ਹੁੰਦੇ ਇਦਾਂ ਹੀ ਸ਼ਬਦ ਇਜਾਦ ਹੁੰਦੇ ਆ ਤੁਸੀਂ ਨਾ ਕਰੋ ਜਦੋਂ ਆਲੂ ਸੀਗਾ ਇਹ ਐਂ ਥੋੜੀ ਬਚਪਨ ਤੋਂ ਆਲੂ ਚੱਲਿਆ ਹੁੰਦਾ ਕਿਸੇ ਨੇ ਨਾਂ ਰੱਖਿਆ ਹੀ ਨਾ ਉਹਦਾ ਹਾਂ ਹਾਂ ਇੱਕ ਗੰਡਾ ਸ਼ਬਦ ਜੇ ਉਹਨੂੰ ਗੱਡੇ ਨੂੰ ਬਤਾऊं ਕਹਿਣ ਲੱਗ ਜਾਂਦੇ ਅੱਜ ਸਭ ਨੇ ਕਿਹੜੇ ਸਿਲਾ ਮੈਂ ਤਾਂ ਬਤਾਉਂਗਾ ਦਾ ਤੜਕਾ ਲਾਇਆ ਤੇ ਫੇਰ ਕੀ ਹਾਂ ਉਹਦੇ ਚ ਕੀ ਹੋ ਜਾਣਾ ਸੀ ਉਹ ਕਿਸੇ ਨਾ ਕਿਸੇ ਨੇ ਨਾਂ ਤਾਂ ਰੱਖਿਆ ਹੀ ਨਾ ਤੁਸੀਂ ਰਹਿਣ ਦਿਓ ਟਾਣਾ ਸਾਹਿਬ ਤੁਸੀਂ ਨਵੇਂ ਨਾਂ ਨਾ ਹੀ ਜਾਦ ਕਰੋ ਆ ਸੁੰਦਰਾ ਵਿਸ਼ਵ ਜਿਹੜਾ ਉਹ ਇੱਕ ਹੀ ਚੱਕਰ ਬਣ ਗਿਆ ਚੱਕਰ ਇਹ ਬਣ ਗਿਆ ਵੀ ਇਥੋਪੀਆ ਦੇ ਵਿੱਚ ਨਾ ਜਿੰਨੀ ਵੱਡੀ ਗੋਗੜ ਹੋਊਗੀ ਐ ਹੋਊਗਾ ਖੇਤਰਫਲ ਪੂਰਾ ਮਰਲੇ ਚ ਬੰਦਾ ਫੈਲਿਆ ਹੋਵੇ ਤੇ ਤੇ ਕਦੇ ਨਾ ਉਨੀ ਉਹਦੀ ਬੱਲੇ ਬੱਲੇ ਹੁੰਦੀ ਆ ਉਹਨੂੰ ਉਹਦੀ ਜਾਤੀ ਦੇ ਉਹਨੂੰ ਉਹਦੇ ਸਮੂਹ ਦੇ ਲੋਕ ਉਹਨਾਂ ਬੜਾ ਪਿਆਰ ਕਰਦੇ ਆ ਫਿਰ ਤੁਹਾਨੂੰ ਤਾਂ ਘਾਟਾ ਪੈ ਗਿਆ ਕਿਉਂ ਹੋਰ ਕੀ ਹੈ ਤੁਸੀਂ ਐਵੇਂ ਹੀ ਭਾਰ ਘਟਾ ਲਿਆ ਟਾਣਾ ਸਾਹਿਬ ਤੁਹਾਨੂੰ ਅਸੀਂ ਵਿਸ਼ਵ ਸੁੰਦਰਾ ਬਣਾਉਣਾ ਸੀ ਮੈਂ ਹੁਣ ਸੁੰਦਰਾ ਬਣਦੇ ਚੱਕਰ ਦੇ ਵਿੱਚ ਆਦਰੋਂ ਮੁੰਦਰੇ ਖਿਲਰਦੇ ਫਿਰਨ ਮੈਨੂੰ ਚੱਕ ਕੇ ਤੁਸੀਂ ਪੌੜੀਆਂ ਚੜਾਓ ਤੁਹਾਨੂੰ ਅਸੀਂ ਧੋਪੀਆਂ ਭੇਜਣਾ ਸੀ ਐਸੀ ਹੀ ਕਹਿਣਾ ਸੀ ਵੀ ਸਾਸ਼ਟ੍ਰੀ ਕਾਲ ਜੀ ਚਾਹ ਦਾ ਵਿਚਾਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਹਰਮਨ ਸਿੰਘ ਮੇਰੇ ਨਾਲ ਹੈ ਵਿਸ਼ਵ ਸੁੰਦਰਾ ਸੋਨ ਸਿੰਘ ਟਾਣਾ ਹੂੰ ਵਾਹ ਵਾਹ ਕਿਆ ਖੋਜਾਂ ਨੇ ਤੁਹਾਡੀਆਂ ਇਹ ਸਾਰੇ ਤਜਰਬੇ ਮੇਰੇ ਕਰਨੇ ਆ ਤੁਹਾਡੀ ਮਿੱਤਰੀ ਵਾਲੀ ਖੋਜ ਤਾਂ ਬਹੁਤ ਵਧੀਆ ਸੀ ਮੇਰੇ ਵਾਲੀ ਜਿਹੜੇ ਨਵੇਂ ਡਾਕਟਰ ਹਨਾ ਜਿਹੜਾ ਨਵਾਂਪੁਰ ਹੁੰਦਾ ਉਹ ਡੱਡੂ ਤਾਂ ਤਜਰਬਾ ਕਰਦੇ ਤੁਸੀਂ ਮੇਰੇ ਤੇ ਸਾਰੇ ਕਰੋਗੇ ਪਰ ਗੱਲ ਇਹ ਹੈ ਕਿ ਇਥੋਪੀਆ ਦੇ ਬੋਡੀ ਤੇ ਮੀਨ ਜਨ ਜਾਤੀ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇਹ ਪਰੰਪਰਾ ਚੱਲਦੀ ਹੈ ਕਹਿੰਦੇ ਵੀ ਉੱਥੇ ਨਾ ਜਿਹਨਾਂ ਬੰਦੇ ਦਾ ਭਾਰ ਵੱਧ ਹੋਊਗਾ ਜਿਹਨਾਂ ਉਹਦਾ ਘੇਰਾ ਵੱਧ ਹੋਊਗਾ ਗੋਗੜ ਐ ਪੂਰੀ ਇੱਥੋਂ ਤੱਕ ਆਈ ਹੋਵੇ ਜਿਹੜੀ ਇੱਥੋਂ ਤੱਕ ਵੀ ਕਹਿੰਦੇ ਵੀ ਉਹਨੂੰ ਓਨਾ ਹੀ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਅੱਛਾ ਜੀ ਉਹ ਕਹਿੰਦੇ ਵੀ ਆਪਦਾ ਮੋਟਾਪਾ ਵਧਾਉਣ ਦੇ ਲਈ ਵਿਸ਼ੇਸ਼ ਖੁਰਾਕਾਂ ਖਾਂਦੇ ਆ 6-6 ਮਹੀਨੇ ਇਕਾਂਤ ਵਾਸਤੇ ਚਲੇ ਜਾਂਦੇ ਆ ਉੱਥੇ ਸਿਰਫ ਖਾਣ ਪੀਣ ਦਾ ਕੰਮ ਹੀ ਕਰਦੇ ਵੀ ਜਿੰਨੀ ਗੋਗੜ ਵੱਰ ਜੇ ਵੱਰ ਜੇ ਹਾਂ ਹਾਂਜੀ ਉਹ ਮੈਂ ਦੇਖੀਆਂ ਫੋਟੋ ਉਹ ਆਪ ਇੱਥੇ ਬੈਠੇ ਟੱਡਾ ਉੱਥੇ ਫਿਰਦਾ ਠੀਕ ਹੈ ਹਾਂ ਗੱਲ ਇਹ ਟੱਡਾ ਪਾਣਾ ਟੱਡ ਤੇ ਪੈਰ ਰੱਖ ਕੇ ਕੋਠੇ ਤੇ ਚੜਜੋ ਹੈ ਹਾਂ ਪਰ ਚਲੋ ਅਗਲੇ ਆਂ ਦੀ ਉੱਥੇ ਦੀ ਹੁਣ ਪਰੰਪਰਾ ਹੈ ਉਹ ਕੀ ਕਰਨ ਹੁਣ ਉਹਦਾ ਰਿਵਾਜ ਆਇਆ ਹੈ ਤੇ ਅਗਲੇ ਉਸ ਰਿਵਾਜ ਨੂੰ ਫੋਲੋ ਕਰਦੇ ਨੇ ਕਹਿੰਦੇ ਵੀ ਜਿਹੜੇ ਵੀ ਉੱਥੇ ਮੁਕਾਬਲੇ ਦੇ ਵਿੱਚ ਜਿਹੜਾ ਸੁੰਦਰਾ ਮੁਕਾਬਲਾ ਨਾਲਾ ਬਹੁਤ ਖੂਬਸੂਰਤੀ ਦਾ ਮੁਕਾਬਲਾ ਉਹ ਖੂਬਸੂਰਤੀ ਦੇ ਮਾਪਦੰਡ ਦੇ ਵਿੱਚ ਇਹ ਗੱਲ ਆਉਂਦੀ ਆ ਉਹ ਖੂਬਸੂਰਤ ਮੰਦਾ ਹੀ ਉਹਨੂੰ ਜਿਹੜਾ ਬੜਾ ਭਾਰ ਹੋਵੇ ਨਹੀਂ ਨਹੀਂ ਇੱਕ ਮੁਲਕ ਹੋਰ ਹੈ ਜਣਾ ਸਭ ਉਸ ਮੁਲਕ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਜਿੰਨਾ ਮੋਟਾ ਬੰਦਾ ਓਨਾ ਜ਼ਿਆਦਾ ਅਮੀਰ ਹ ਹ ਜਿਹੜਾ ਪਤਲਾ ਉਹਨੂੰ ਕਹਿੰਦੇ ਗਰੀਬ ਜਿਹਾ ਐਵੇਂ ਤੁਰਿਆ ਫਿਰਦਾ ਅੱਛਾ ਹਾਂ ਤੇ ਇੱਥੇ ਮੋٹے ਬੰਦੇ ਦੀ ਕਈ ਵਾਰੀ ਹੁੰਦੀ ਸਰਜਰੀ ਹ ਤੇ ਉਹਨੂੰ ਫਿਰ ਗਰੀਬ ਕਰ ਦਿੰਦੇ ਆ ਉਹਦਾ ਮਟਾ ਪੇਲਾ ਪ੍ਰੈਸ਼ਰ ਕਰਕੇ ਨਾ ਹਾਂ ਉਹਨੂੰ ਆਰਥਿਕ ਤੌਰ ਤੇ ਵੀ ਤੇ ਸਰੀਰ ਦੇ ਪੱਖੋਂ ਤੋਂ ਵੀ ਗਰੀਬ ਕਰਦੇ ਆ ਦੇਖਿਆ ਫਿਰ ਉਹ ਸਹੀ ਆ ਉਹ ਮੁਲਕਾ ਨਾ ਪਰ ਕੁੱਲ ਮਿਲਾ ਕੇ ਬਈ ਗੱਲੇ ਆ ਕਿ ਥੋਪੀਆ ਦੇ ਮੀਨ ਜਨਜਾਤੀ ਦੇ ਲੋਕ ਜੋ ਮਰਜ਼ੀ ਕਰਨ ਬੋਡੀ ਜਨਜਾਤੀ ਦੇ ਲੋਕ ਜੋ ਮਰਜ਼ੀ ਕਰਨ ਪਰ ਆਪਾਂ ਰਹਿਣਾ ਫਿੱਟ ਸਾਰਿਆਂ ਨੇ ਆਪ ਦਾ ਘੱਟ ਖਾਈਗੇ ਇਹਦੇ ਲਈ ਮੈਂ ਤੁਹਾਨੂੰ ਦੱਸਦਾ ਇਹ ਬਹੁਤ ਗੌਰ ਦੇ ਨਾਲ ਗੱਲ ਸੁਣਨ ਵਾਲੀ ਆ ਤੁਸੀਂ ਵੀ ਤੇ ਸਾਰੇ ਬੇਨਤੀ ਆ ਉਹ ਇਹ ਆ ਵੀ ਇੱਕ ਕਸਰਤ ਜ਼ਿੰਦਗੀ ਦੇ ਵਿੱਚ ਸਿੱਖ ਲਓ ਸਿਰਫ ਇੱਕ ਕਿਹੜੀ ਗਰਦਨ ਦੀ ਆ ਥੋਣ ਦੀ ਕਸਰਤ ਆ ਹੋਰ ਥੋਣ ਦੀ ਕਸਰਤ ਦਾ ਢਿੱਡ ਦੇ ਨਾਲ ਕੀ ਸਬੰਧ ਹੁਣੇ ਲਓ ਜੇਕਰ ਤੁਹਾਨੂੰ ਕੋ ਕਵੇ ਵੀ ਆ ਚੀਜ਼ ਖਾਣੀ ਤੁਸੀਂ ਕਹੋ ਆ ਕਸਰਤ ਕਰਨੀ ਬਸ ਹਾਂ ਤੁਸੀਂ ਚੀਜ਼ ਨਹੀਂ ਖਾਣੀ ਟੱਡੇ ਚ ਜਾਓ ਤਾਲੇਦ ਵਾਲੇ ਉਹੀ ਜਮਾ ਹੋਉਦਾ ਤੇ ਜਦੋਂ ਤੁਸੀਂ ਕਰਨ ਲੱਗੇ ਕਸਰਤ ਤੇ ਫਿਰ ਇਹ ਵਧੇ ਲਓ ਬਸ ਇਨੀ ਗੱਲ ਆ ਮੇਰਾ ਭਾਰ ਘਟਿਆ ਜਦੋਂ ਤੋਂ ਮੈਂ ਐ ਕਰਨਾ ਸ਼ੁਰੂ ਕੀਤਾ ਹਾਏ 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 ਇਸ ਕਰਕੇ ਬੇਨਤੀ ਆ ਜਿੰਨੀ ਗ੍ਰੀਨ ਟੀ ਪੀ ਲੋ ਪੀ ਲੋ ਜਿੰਨੀ ਕਾਲੀ ਕੌਫੀ ਪੀ ਲੋ ਜਿੰਨੀ ਕਾਲੀ ਕੌਫੀ ਪੀ ਸਕਦੇ ਪੀ ਲੋ ਹਾਂਜੀ ਰੋਟੀ ਬਿਲਕੁਲ ਘਟਾ ਦਿਓ ਤੇ ਸਲਾਦ ਸਲੂਦ ਵਧਾ ਦਿਓ ਮਿੱਠਾ ਖਾਣਾ ਨਹੀਂ ਇੱਕ ਖੰਡ ਦਾ ਦਾਣਾ ਨਹੀਂ ਖਾਣਾ ਤੇ ਤਲੀ ਚੀਜ਼ ਨੂੰ ਕਹੋ ਅਲਵਿਦਾ ਤੇ ਇਹ ਆਪੇ ਹੀ ਘਟ ਜਾਣਾ ਅੱਛਾ ਜੀ ਹਾਂ ਠੀਕ ਹੈ ਤੇ ਇਹ ਗੱਲ ਸਾਰਿਆਂ ਉੱਤੇ ਹੀ ਲਾਗੂ ਹੁੰਦੀ ਹੈ ਹਾਂ ਭਾਵੇਂ ਕੋਈ ਖੱਬੇ ਹੋਵੇ ਭਾਵੇਂ ਸੱਜੇ ਹੋਵੇ ਭਾਵੇਂ ਸਾਹਮਣੇ ਹੋਵੇ ਮੈਂ ਸੋਚ ਹੀ ਰਹੀ ਸੀ ਵਿਟਾਣਾ ਸਾਹਿਬ ਨੇ ਹਰਤੇ ਕੋ ਟਿੱਪਣੀ ਕਿਉਂ ਨਹੀਂ ਕੀਤੀ ਕਿਉਂ ਵੈਸੇ ਪਤਾ ਹੁੰਦਾ ਹੈ ਅੱਛਾ ਅੱਛਾ ਹਾਂਜੀ ਜਿਹੜੇ ਨਾਲ ਕੰਮ ਕਰਦੇ ਹੋਣ ਪਤਾ ਹੁੰਦਾ ਤੇ ਜਦੋਂ ਪਤਾ ਹੁੰਦਾ ਤੇ ਫਿਰ ਅਮਲ ਵੀ ਹੁੰਦਾ ਇਹ ਮਰਜ਼ੀ ਹੁੰਦੀ ਹੈ ਵਾਹ ਦੀ ਹਜ਼ਰੇ ਜੱਜ ਦਾ ਵਿਚਾਰ ਹਰਮਨ ਜੀ ਬੰਗਲੌਰ ਤੋਂ ਖਬਰ ਆਈ ਹੈ ਕੀ ਜੀ ਇੱਕ ਮੁੰਡਾ ਪੜਿਆ ਲਿਖਿਆ ਹਾਂਜੀ ਪਰ ਬੇਰੋਜ਼ਗਾਰ ਅੱਛਾ ਸਾਡੇ ਦੇਸ਼ ਦੀ ਗੱਲ ਪੂਰੀ ਸੁਣੋ ਨਾ ਸਾਡੇ ਦੇਸ਼ ਦੇ ਵਿੱਚ ਪਕੌੜੇ ਤਲਣ ਨੂੰ ਵੀ ਰੋਜ਼ਗਾਰ ਮੰਨਿਆ ਜਾਂਦਾ ਹੈ ਹਾਂਜੀ ਤੇ ਸਾਡੀਆਂ ਸਰਕਾਰਾਂ ਖੁਦ ਇਹ ਗੱਲ ਕਹਿੰਦੀਆਂ ਹਾਂ ਪਰ ਕਾਬਲੀਅਤ ਮੁਤਾਬਕ ਰੋਜ਼ਗਾਰ ਮਿਲੇ ਤੇ ਪਕੌੜੇ ਤਲ ਕੇ ਵੀ ਜਿਹੜੇ ਲੋਕ ਰੋਜ਼ਗਾਰ ਕਮਾਉਂਦੇ ਰੋਟੀ ਕਮਾਉਂਦੇ ਆ ਗੱਲ ਤੋਂ ਵੀ ਨਹੀਂ ਕਿਰਤ ਕਰਦੇ ਆ ਪਰ ਜ਼ਗਾਰ ਮਿਲਣਾ ਚਾਹੀਦਾ ਕਾਬਲੀਅਤ ਮੁਤਾਬਕ ਡਿਗਰੀਆਂ ਮੁਤਾਬਕ ਯੋਗਤਾ ਦੇ ਮੁਤਾਬਕ ਤੇ ਤਨਖਾਹਾਂ ਵੀ ਉਸ ਹੱਬ ਨਾ ਮਿਲਣੀਆਂ ਚਾਹੀਦੀਆਂ ਪਰ ਬੰਗਲੌਰ ਦੇ ਵਿੱਚ ਇੱਕ ਮੁੰਡੇ ਨੇ ਵਕ ਵਕ ਥਾਵਾਂ ਤੇ ਆਪਣਾ ਜੀਵਨ ਬਿਊਰਾ ਜਿਹਨੂੰ ਰੈਜ਼ਿਊਮ ਕਹਿੰਦੇ ਆ ਨੌਕਰੀ ਦੀ ਅਸਾਮੀ ਨਿਕਲਦੀ ਆ ਉਹ ਰੈਜ਼ਿਊਮ ਭੇਜਿਆ ਕਰੇ ਕੋਈ ਪੁੱਛਦਾ ਹੀ ਨਹੀਂ ਅੱਛਾ ਜੀ ਅੱਜ ਕੱਲ ਰੈਜ਼ਿਊਮ ਦੇ ਉੱਤੇ ਵਿਚਾਰ ਕੌਣ ਕਰਦਾ ਅੱਜ ਕੱਲ ਜੀਵਨ ਬਿਊਰਾ ਨੂੰ ਵੇਂਦਾ ਕੌਣ ਆ ਬੰਦਾ ਪਰਦਾ ਵੀ ਨਹੀਂ ਗਾ ਚਿੱਠੀ ਆਈ ਇੱਧਰ ਰੱਖਦੀ ਚਿੱਠੀ ਐ ਡਸਟ ਬਿੰਚ ਗਈ ਚਿੱਠੀ ਆਈ ਇੱਧਰ ਛੁੱਟਦੀ ਐਦਾਂ ਹੁੰਦਾ ਉਹ ਮੁੰਡਾ ਨਾ ਡਿਲੀਵਰੀ ਬੋਏ ਬਣ ਗਿਆ। ਹੂੰ। ਵੀ ਭਾਈ ਉਹਨੇ ਨਾ ਇੱਕ ਤੋਂ ਦੂਜੀ ਥਾਂ ਤੱਕ ਚੀਜ਼ ਪਹੁੰਚਾਉਣ ਵਾਲਾ ਖਾਣ ਪੀਣ ਵਾਲੀਆਂ ਚੀਜ਼ਾਂ ਲੋਕਾਂ ਦੇ ਘਰਾਂ 'ਚ ਪਹੁੰਚਾਉਣ ਵਾਲਾ ਉਹ ਜ਼ਿੰਮੇਵਾਰੀ ਨਿਭਾਈ। ਠੀਕ ਆ। ਉਹ ਲੱਗ ਗਿਆ ਇੱਕ ਕੇਕ ਹਾਊਸ ਜਿੱਥੇ ਕੇਕ ਤਿਆਰ ਹੁੰਦੇ ਉੱਥੇ ਲੱਗ ਗਿਆ। ਉਹ ਫਿਰ ਉਹਨੇ ਮਨ ਦੇ ਵਿੱਚ ਇੱਛਾ ਆਈ ਸੀ ਵੀ ਯਾਰ ਜਿਹੜੇ ਵਿਭਾਗ ਦੇ ਵਿੱਚ ਅਸਾਮੀ ਨਿਕਲਦੀ ਆ ਵੀ ਉਸ ਥਾਂ ਤੇ ਜਦੋਂ ਵੀ ਮੈਨੂੰ ਕੋਈ ਆਰਡਰ ਆਊਗਾ ਜਦੋਂ ਵੀ ਮੈਨੂੰ ਕਹਿਣਗੇ ਵੀ ਥਿਆ ਚੀਜ਼ ਪਹੁੰਚਾ ਉਹ ਉਸ ਡੱਬੇ ਦੇ ਵਿੱਚ ਆਪਣਾ ਜੀਵਨ ਬਿਊਰੋ ਰੱਖ ਦਿੰਦਾ ਸੀ। ਅੱਛਾ ਜੀ। ਇੱਕ ਵਿਭਾਗ ਨੇ ਸਾਰਾ ਕੁਛ ਖਾਕਾ ਪੇਜਿਆ ਉਹਨੇ ਸਾਰੀ ਚੀਜ਼ ਆਪਦੀ ਬੇਨਤੀ ਪੱਤਰ ਭੇਜਿਆ ਪਰ ਕਿਸੇ ਨੇ ਕੋਈ ਗੌਰ ਹੀ ਨਹੀਂ ਕੀਤੀ ਉਸ ਦਫਤਰ ਦੇ ਵੱਲੋਂ ਇੱਕ ਦਿਨ ਕੇਕ ਮੰਗਵਾਏ ਗਏ ਪੇਸਟਰੀ ਦਾ ਮੰਗਵਾਈਆਂ ਗਈਆਂ ਉਹਨੇ ਡੱਬੇ ਦੇ ਵਿੱਚ ਆਪਣਾ ਰੈਜ਼ਿਊਮ ਪਾਤਾ ਅੱਛਾ ਜੀ ਵੀ ਸਿੱਧੀ ਅਫਸਰਾਂ ਤੱਕ ਮੇਰੀ ਗੱਲ ਜਾਵੇ ਨਹੀਂ ਤਾਂ ਉਹਨਾਂ ਤੱਕ ਫੈਲ ਹੀ ਨਹੀਂ ਪਹੁੰਚਣੀ ਲਓ ਜੀ ਉਹਨਾਂ ਨੇ ਆਪਦੀ ਪੇਸਟਰੀ ਵੀ ਖਾ ਲਈ ਤੇ ਉਹਨੇ ਤਾਂ ਰੈਜ਼ਿਊਮ ਵੀ ਪਹੁੰਚ ਗਿਆ ਉਹਨੇ ਤਰੀਕਾ ਅਪਣਾਇਆ ਹੁਣ ਉਹਨਾਂ ਨੇ ਗੌਰ ਕਰਨੀਆਂ ਨਹੀਂ ਕਰਨੀ ਬਾਅਦ ਦੀ ਗੱਲ ਆ ਪਰ ਇਹ ਖਬਰ ਬਹੁਤ ਵੱਡੀ ਬਣੀ ਆ ਵੀ ਇੱਕ ਬੇਰੁਜ਼ਗਾਰ ਮੁੰਡੇ ਨੇ ਆਪਣੀ ਕੀਤੀ ਕਰਾਈ ਆਪਣੀ ਕਾਬਲੀਅਤ ਦੇ ਸਰਟੀਫਿਕੇਟ ਆਪਣਾ ਰੈਜ਼ਿਊਮ ਸਹੀ ਬੰਦਿਆਂ ਤੱਕ ਸਹੀ ਧਾਰਗਾਂ ਤੱਕ ਪਹੁੰਚਾਉਣ ਦੇ ਲਈ ਆ ਤਰੀਕਾ ਵੀ ਵਰਤੇ ਕਿੰਨੀ ਮਾੜੀ ਗੱਲ ਹੈ ਨਾ ਟਹਿਣਾ ਸਾਹਿਬ ਵੀ ਕਈ ਵਾਰੀ ਸਹੀ ਬੰਦਿਆਂ ਤੱਕ ਸਹੀ ਚੀਜ਼ ਪਹੁੰਚਦੀ ਹੋਈ ਨਹੀਂ ਆ ਜਿਹੜੇ ਵਿੱਚ ਮਿਡਲ ਮੈਨ ਹੁੰਦੇ ਨੇ ਜਿਹੜੇ ਵਿੱਚ ਕਹਿ ਲਓ ਵੀ ਹਾਂਜੀ ਪੁਲ ਪੁਲ ਹੁੰਦੇ ਨੇ ਜਿਹੜੇ ਰਸਤੇ ਦੇ ਵਿੱਚ ਆਉਂਦੇ ਨੇ ਕਈ ਵਾਰ ਉਹ ਸਹੀ ਚੀਜ਼ ਅੱਗੇ ਤੱਕ ਪਹੁੰਚਾਉਂਦੇ ਹੀ ਨਹੀਂ ਆ ਹੋਇਆ ਕੁਝ ਹੁੰਦਾ ਹੈ ਉਹ ਗੱਲ ਕੁਝ ਹੋਰ ਬਣ ਜਾਂਦੀ ਹੈ ਹੈਨਾ ਕਿੰਨੇ ਲੋਕ ਇਦਾਂ ਆਪਣੇ ਰੈਜ਼ਿਊਮੇਸ ਜਿਹੜੇ ਆ ਉਹ ਭੇਜਦੇ ਨੇ ਕਿੰਨੇ ਲੋਕ ਆਪਣੇ ਜਿਹੜੇ ਆ ਇਦਾਂ ਬੇਨਤੀਆਂ ਕਰਦੇ ਨੇ ਕਿ ਸਾਨੂੰ ਨੌਕਰੀ ਦੇ ਦਿਓ ਨੌਕਰੀ ਦੇ ਦਿਓ ਨੌਕਰੀ ਦੇ ਦਿਓ ਪਰ ਕਈ ਵਾਰ ਗੱਲ ਜਿੱਥੇ ਪਹੁੰਚਣੀ ਚਾਹੀਦੀ ਹੈ ਉਸ ਤੱਕ ਪਹੁੰਚਦੀ ਨਹੀਂ ਹੈ ਜਿਸ ਦੇ ਕਰਕੇ ਬੇਰੋਜ਼ਗਾਰੀ ਵਧੀ ਜਾ ਰਹੀ ਹੈ ਵਧੀ ਜਾ ਰਹੀ ਹੈ ਸੋ ਇਸ ਲਈ ਇਹ ਇੱਕ ਸੁਚੱਜਾ ਢੰਗ ਤਾਂ ਚਲੋ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਹੁਣ ਅਗਲੇ ਨੂੰ ਆਪਣੇ ਗੱਲ ਰੱਖਣ ਦੇ ਲਈ ਕੋਈ ਤਰੀਕਾ ਤਾਂ ਲੱਭਣਾ ਪੈਣਾ ਹੈ ਉਸ ਦੇ ਵਿੱਚ ਜਿਹਨੇ ਇਹ ਢੰਗ ਇਜਾਦ ਕੀਤਾ ਜੀ ਇਹ ਉਹਦੀ ਕਾਬਲੀਅਤ ਉਹਦੇ ਲਈ ਤਾਂ ਇਹ ਸੁਚੱਜਾ ਹੀ ਆ ਹੈਨਾ ਪਰ ਇਸ ਢੰਗ ਤੋਂ ਬਹੁਤ ਕੁਝ ਅfsਰਾਂ ਨੂੰ ਵੀ ਸਿੱਖਣਾ ਚਾਹੀਦਾ ਵੀ ਅਸੀਂ ਇਹ ਸਾਰੇ ਕੰਮ ਨੂੰ ਥੋੜਾ ਜਿਹਾ ਸੁਖਾਲਾ ਬਣਾਈਏ ਕਿ ਲੋਕ ਜਿਹੜੇ ਨੇ ਆਪਣੀ ਗੱਲ ਆਪਣੀ ਬੇਨਤੀ ਸਿੱਧਾ ਸਾਡੇ ਤੱਕ ਪਹੁੰਚਾ ਸਕਣ ਤੇ ਸਹੀ ਢੰਗ ਨਾਲ ਪਹੁੰਚਾ ਸਕਣ ਬਿਲਕੁਲ ਸਹੀ ਗੱਲ ਹੈ ਜੀ ਸੋ ਬਾਕੀ ਹੁਣ ਆਪਾਂ ਚੱਲੀਏ ਚੱਲ ਗਏ ਭਾਈ ਹਾਂਜੀ ਮੈਂ ਭੱਜ ਕੇ ਦੇਖਾਵਾਂ ਮੀਤ ਤਨ ਸ਼ੁਰੂ ਹੋ ਗਿਆ ਕੱਲ ਨੂੰ ਆ ਕੇ ਦੱਸ ਦਾਂਗੇ ਨਹੀਂ ਮੈਂ ਨਾ ਵੀ ਅੱਜ ਹੀ ਹੋ ਜੇ ਗੱਲ ਅੱਛਾ ਹਾਂ ਖਬਰ ਦੀ ਖਬਰ ਚ ਦੱਸਦੇ ਚਲੋ ਫੇਰ ਠੀਕ ਆ ਹਾਂ ਤੇ ਅਸੀਂ ਫੇਰ ਚੱਲਦੇ ਆ ਜਾਣ ਦਾ ਵੇਲਾ ਹੋ ਗਿਆ ਜੀ ਫੇਰ ਮਿਲਾਂਗੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਰਤੇ ਪਹਚਾਓ ਦੋਵਾਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਸ਼ੈ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੇ ਲਈ ਆ ਵੀ ਹਾਜ਼ਰ ਹੈ ਚੰਚ ਦਾ ਵੀ ਚਾ